असी छे भैणा साडा एक भरा दादा दादी की मौत तो बाद लोग कहण लगे ये भुखे मरणगे घर तक विक जूगा। असी काम करन लगियां, मैं राजस्थान विच लोकां दे बच्चे सांभण लगी, रातां जाग के कटनियां, बहुत औखा सी। फिर बापू की बांह टुट गई, मैं वापस आ गई, सलून च काम सिखण लगी। मेरी मेकअप वाली वीडियो वायरल हुई, लोग कहण लगे भूत लगदी है, किन्नी काली है, काला सूट ना पावी तेरे कले दंद ते अखां दिसणगियां। मेरे काले रंग करके लोग ਮੈਥੋਂ ਸੂਗ ਮੰਨਦੇ, ਅਲਕਤ ਕਰਦੇ, ਤੂੰ ਇੰਨੀ ਕਾਲੀ ਆ, ਤੇਰੇ ਨਾਲ ਵਿਆਹ ਕੌਣ ਕਰਵਾਊ। ਮੇਰੀ ਮੰਗਣੀ ਹੋਈ, ਮੈਂ ਘਰ ਵਾਲੇ ਨਾਲ ਵੀਡੀਓ ਪਾ ਦਿੱਤੀ। ਲੋਕ ਕਹਿਣ ਲੱਗ ਪਏ ਖੰਡ ਨੂੰ ਕੀੜਾ ਲੱਗ ਗਿਆ, ਮੁੰਡਾ ਸੋਹਣਾ, ਕੁੜੀ ਕਾਲੀ, ਇਹ ਕਾਲੀ 'ਚ ਤੈਨੂੰ ਕੀ ਲੱਭ ਗਿਆ। ਫਿਰ ਲੋਕਾਂ ਨੇ ਮੇਰੇ ਬਾਪੂ ਨੂੰ ਕਹਿਣਾ ਕਿ ਇਹ ਮੁੰਡਿਆਂ ਨਾਲ ਘੁੰਮਦੀ ਆ, ਰਾਤਾਂ ਬਾਹਰ ਲਾਉਂਦੀ ਆ, ਤੁਸੀਂ ਇਹਨੂੰ ਰੋਕਦੇ ਕਿਉਂ ਨਹੀਂ। ਮੈਂ ਬਾਪੂ ਨੂੰ ਇੱਕੋ ਗੱਲ ਕਹੀ, ਨਾ ਮੈਂ ਨੰਗ ਪੂਣਾ ਕਰਾਂ, ਨਾ ਹੀ ਮੈਂ ਛੋਟੇ ਕੱਪੜੇ ਪਾਵਾਂ, ਤੇ ਨਾ ਹੀ ਤੁਹਾਨੂੰ ਕੋਈ ਉਲਾਂਭਾ ਆਊਗਾ। ਮੇਰਾ ਸਿਰਫ ਇੱਕੋ ਸੁਪਨਾ ਮਾਂ ਬਾਪ ਨੂੰ ਉਹ ਦਿਨ ਦਿਖਾਉਣੇ ਜਿਹੜੇ ਉਹਨਾਂ ਨੇ ਕਦੀ ਸੁਪਨੇ ਵਿੱਚ ਵੀ ਨਹੀਂ ਦੇਖੇ। ਪੰਜ ਮੇਰੇ ਭੈਣਾਂ ਨੇ, ਇੱਕ ਮੇਰਾ ਬ੍ਰਦਰ ਆ, ਤੇ ਦਾਦਾ ਜੀ ਦੀ ਪੈਨਸ਼ਨ ਆਉਂਦੀ ਸੀ, ਡੈਡੀ ਵਧੀਆ ਕੰਮ ਕਾਰ ਕਰਦੇ ਸੀਗੇ। ਦਾਦਾ ਜੀ ਡੈਥ ਹੋ ਗਈ ਤੇ ਉਹ ਪੈਨਸ਼ਨ ਫਿਰ ਮੇਰੀ ਦਾਦੀ ਨੂੰ ਮਿਲਣ ਲੱਗ ਗਈ। ਜਦੋਂ ਦਾਦੀ ਦੀ ਡੈਥ ਹੋ ਗਈ ਹਨਾ, ਵੀ ਲੋਕਾਂ ਨੂੰ ਐਂ ਸੀ ਵੀ ਇਹ ਭੁੱਖੇ ਮਰਨਗੇ, ਵੀ ਇੰਨੇ ਜਾਣੇ ਖਾਣ ਵਾਲੇ ਆ, ਕਮਾਉਣ ਵਾਲਾ ਇਕੱਲਾ, ਵੀ ਇਹਨਾਂ ਦਾ ਘਰ ਤੱਕ ਵੀ ਵਿਕ ਜੂਗਾ। ਕਹਿ ਦਿੰਦੇ ਸੀਗੇ ਵੀ ਇੰਨੀਆਂ ਕੁੜੀਆਂ ਵੀ ਤੁਸੀਂ ਕਿਵੇਂ ਵਿਆਹੋਗੇ, ਵੀ ਮਤਲਬ ਮੁੰਡਾ ਵੀ ਛੋਟਾ ਹੈਗਾ ਹਨਾ, ਵੀ ਆਪਦੀ ਵੀ ਬਾਂਹ ਟੁੱਟੀ ਹੋਈ ਡੈਡੀ ਦੀ। ਡੈਡੀ ਨੂੰ ਕਹਿ ਦਿੰਦੇ ਸੀ, ਬਹੁਤ ਜਾਣੇ ਬੋਲਦੇ ਸੀਗੇ। ਅਸੀਂ ਸੋਚਿਆ ਸੀ ਵੱਟੀ ਦੀ ਤਾਂ ਸ਼ਗਨ ਪਾ ਦੇਈਏ ਹਨਾ, ਉਹਦਾ ਵਿਆਹ ਕਰਾਂਗੇ, ਵਧੀਆ ਕਰਾਂਗੇ। ਡੈਡੀ ਨੂੰ ਕਹਿੰਦੇ ਵੀ ਤੂੰ ਇੱਕ ਦਾ ਵਿਆਹ ਕਰ ਦੇਗਾ, ਦੂਜੀਆਂ ਦਾ ਕਿਵੇਂ ਕਰੇਗਾ, ਸਮਾਨ ਸਮੂਨ ਦੇਣਾ ਪਊਗਾ। ਫਿਰ ਕਹਿੰਦੇ ਚੁੰਨੀ ਚੜਾਵਾ ਕਰਕੇ ਤੋਰਦੇ ਖਰਚੇ ਨਾਲ ਤਾਂ ਵਧੀਆ। ਡੈਡੀ ਤੋਂ ਸੋਚਦੇ ਸੀ, ਕਹਿੰਦੇ ਮੈਂ ਵਿਆਹ ਕਰਨਾ, ਕਹਿੰਦੇ ਕਿਹੜਾ ਕਿਹੜਾ ਵਿਆਹ ਕਰੇਗਾ, ਕਿਹਨੂੰ ਕਿਹਨੂੰ ਸਮਾਨ ਦੇਵੇਗਾ। ਉਹ ਥੋੜ੍ਹੀ ਜਿਹੀ ਲੜਾਈ ਹੋ ਕੇ ਸੀ, ਡੈਡੀ ਤੋਂ ਡੰਡਾ ਵੱਜ ਗਿਆ ਸੀ ਤੂੰ। ਅੱਛਾ, ਜਦੋਂ 2 ਮਹੀਨੇ ਰੈਸਟ ਕੀਤੀ ਸੀ, ਤੀਜੇ ਮਹੀਨੇ ਡੈਡੀ ਕੰਮ ਕਰਨ ਲੱਗ ਗਏ ਸੀਗੇ, ਸਪਰੇ ਦੀਆਂ ਢੋਲੀਆਂ ਬਾਲੀਆਂ, ਔਖੀਆਂ ਚੱਕਣੀਆਂ, ਇੱਥੇ ਛਾਲੇ ਹੋ ਜਾਂਦੇ ਮੋਟਿਆਂ ਦੇ, ਉੱਤੋਂ ਟੁੱਟੀ ਬਾਣ ਚਲਾਉਣ, ਕਦੇ ਕਦੇ ਰਾਤ ਨੂੰ ਪਾਣੀ ਵੀ ਲਾਉਣ ਜਾਂਦੇ ਉੱਠ ਕੇ। ਮੈਨੂੰ ਐਂ ਹੁੰਦਾ ਵੀ ਡੈਡੀ ਜਿਹਨਾਂ ਦਾ ਕੰਮ ਲੱਗਿਆ ਉਹਨਾਂ ਨੇ ਲਾਣਾ ਦੇਣਾ, ਤੇ ਲੈ ਕੇ ਨਾ ਫਿਰ ਡੈਡੀ ਨੂੰ ਸਬਜ਼ੀ ਦਾ ਕੰਮ ਚਲਾ ਦੋ, ਸੌਖਾ ਕੰਮ ਦਵਾ ਦਾ। ਅਸੀਂ ਕਦੇ ਕਿਸੇ ਤੋਂ ਚੀਜ਼ ਲੈ ਕੇ ਨਹੀਂ ਖਾਧੀ, ਮੰਗੀ ਨਹੀਂ ਕਦੇ ਵੀ ਕਿਸੇ ਤੋਂ, ਵੀ ਆਪਦਾ ਲੀੜਾ ਕੱਪੜਾ ਜੋ ਵੀ ਆ ਅਸੀਂ ਖੁਦ ਮਤਲਬ ਅਰੇਂਜਮੈਂਟ ਕਰਦੇ ਹਾਂ ਆਪਦਾ, ਕਿਵੇਂ ਮਰਜ਼ੀ ਕਰੀ। ਬੀ ਏ ਤੋਂ ਬਾਅਦ ਮੈਂ ਫਿਰ ਜੋਬ ਕੀਤੀ, ਬਸ ਮੈਂ ਰੀਲਾਂ ਬਣਾਉਂਦੀ ਸੀ, ਫੋਲੋਅਰ ਤਾਂ ਮੇਰਾ ਬਾਬਾ 50,000 ਸੀਗੇ। ਫਿਰ ਮੈਂ ਰਾਜਸਥਾਨ ਜਾ ਵੜੀ, ਉੱਥੇ ਵੀਡੀਓ ਬਣਾਉਣ ਤੋਂ ਰੋਕਦੇ, ਫਿਰ ਉੱਥੇ ਮੈਂ 2 ਜਵਾਕ ਸਾਂਭਦੀ ਸੀ, ਇੱਕ 6 ਸਾਲ ਦਾ ਸੀ, ਇੱਕ 3 ਸਾਲ ਦਾ ਸੀ। ਉਹਦਾ ਰੋਟੀ ਪਾਣੀ ਤੋਂ ਲੈ ਕੇ ਸੌਣ ਤੱਕ ਮੈਂ ਹੀ ਕਰਦੀ ਸੀਗੀ, ਰਾਤ ਨੂੰ ਉੱਠ ਕੇ ਉਹਨਾਂ ਨੂੰ ਦੁੱਧ ਦੇਣਾ ਬਹੁਤ ਔਖਾ ਸੀਗਾ। ਮੁੜ ਕੇ ਰਾਤ ਵੀ ਕਈ ਵਾਰ ਜਾ ਕੇ ਨਿਕਲ ਜਾਂਦੇ ਸੀਗੇ, ਮੈਂ ਰੋਣ ਵੀ ਲੱਗ ਪੈਣੀ ਸੀ ਕਈ ਵਾਰ। ਮੈਂ ਕਿਹਾ ਡੈਡੀ ਇੱਥੇ ਔਖਾ ਵਾਲਾ ਹੈਗਾ, ਡੈਡੀ ਕਹਿੰਦੇ ਫਿਰ ਤੂੰ ਆ ਜਾ ਪੁੱਤ, ਜਿੱਥੇ ਖਾਈ ਜਾਂਦਾ ਉੱਥੇ ਤੈਨੂੰ ਖਵਾ ਦੇ। ਫਿਰ ਦੀਦੀ ਕਹਿਣ ਲੱਗ ਕੇ, ਕਹਿੰਦੇ ਤੂੰ ਜਵਾਕ ਸਾਂਭਣ ਨੌਕਰੀ ਰਹਿ ਜਾਏਗੀ, ਕਹਿੰਦੀ ਘਰੇ ਆ ਜਾ, ਕਹਿੰਦੀ ਯਾਰਾ ਕਰੀਅਰ ਬਣਾ ਲਾ ਹਨਾ। ਫਿਰ ਮੈਂ ਸਲੂਨ 'ਚ ਜਾਣ ਲੱਗ ਗਈ, ਉਹ ਕਹਿੰਦਾ ਚੱਲ 2,000 ਤਾਂ 2,500 ਤੋਂ ਦੇ ਦਿਆ ਕਰਾਂਗੇ, ਕੰਮ ਕਰਾ ਦਿਆ ਕਰਾਂਗੇ। ਡੈਡੀ ਵੀ ਕਹਿੰਦਾ ਭਰ ਦਿਆ ਕਰਾਂਗੇ ਫੀਸ ਤੋਂ ਜਾ ਵੜਿਆ ਕਰ। 8 ਕਦੋਂ ਨਹੀਂ ਮਸਾਂ ਲਾਏ ਸੀ, ਕਈ ਵਾਰ ਮੇਰੇ ਕੋਲ ਕਿਰਾਏ ਨੂੰ ਪੈਸੇ ਵੀ ਨਹੀਂ ਹੁੰਦੇ ਸੀਗੇ। ਉਹਨਾਂ ਨੇ ਮੈਨੂੰ ਕਿਹਾ ਵੀ ਤੇਰਾ ਇੰਨਾ ਵਧੀਆ ਪੇਜ ਆ, ਤੂੰ ਤਾਂ ਸਟਾਰ ਆ, ਤੂੰ ਇੱਦਾਂ ਕਰ ਤੇਰਾ ਮੇਕਅਪ ਸ਼ੂਟ ਕਰਕੇ। ਮੈਂ ਕਿਹਾ ਉਹ ਕੀ ਹੁੰਦਾ ਮੈਨੂੰ ਪਤਾ ਵੀ ਨਹੀਂ ਸੀਗਾ। ਅਤੇ ਫਿਰ ਉਹਨਾਂ ਨੇ ਮੇਰੇ ਪਹਿਲਾਂ ਸਿੰਪਲ ਆ ਫਰੰਟ ਕੈਮਰਾ ਤਾਂ ਨਾ ਬਣਾਈ ਵੀਡੀਓ, ਤਾਂ ਸਿੰਪਲ ਦਿਖਾਤੀ, ਬਟ ਉਹਨਾਂ ਨੇ ਮੇਕਅਪ ਕਰਤਾ ਹੈ ਨਾ, ਤਾਂ ਉਹ ਵੀਡੀਓ ਮੇਰੇ 15 ਮਿਲੀਅਨ 'ਚ ਜਾ ਰਹੀ। ਇਹਦੇ ਕਰਕੇ ਇੰਨੀ ਜ਼ਿਆਦਾ ਵਾਇਰਲ ਹੋ ਕੇ ਲੋਕਾਂ ਨੇ ਬੜੇ ਤਰ੍ਹਾਂ ਕਮੈਂਟ ਕੀਤੇ, ਕੁਦਰਤ ਨਾਲ ਛੇੜਛਾੜ ਨਾ ਕਰੋ, ਇਹ ਤਾਂ ਕਾਲੀ ਆ, ਹਾਏ ਕਿਹੋ ਜਿਹੀ ਬਣਾਤੀ, ਭੂਤ ਲੱਗਦੀ ਆ, ਐਂ ਲੱਗਦੀ ਆ। ਕਈਆਂ ਨੇ ਆਪਦੇ ਪੇਜ 'ਤੇ ਵੀ ਚੱਕ ਕੇ ਪਾਤੀ, ਮਜ਼ਾਕ ਦੇ ਤੌਰ 'ਤੇ ਵੀਡੀਓ ਬਣਾ ਰਹੇ ਆ, ਮੁੰਡਿਆਂ ਨਾਲ ਧੋਖਾ ਕਰਦੇ ਆ, ਬਿਊਟੀ ਪਾਰਲਰਾਂ 'ਤੇ ਕੇਸ ਹੋਣਾ ਚਾਹੀਦਾ। ਕਹਿੰਦੇ ਜੇ ਤੂੰ ਕਾਲਾ ਸੂਟ ਪਾਤਾ ਨਾ ਤੇ ਹਨੇਰੇ 'ਚ ਛੱਡਤਾ ਤਾਂ ਦਿਸਣੀ ਨਹੀਂ, ਕੱਲ ਦੰਦ ਹੀ ਦਿਸਣਗੇ, ਅੱਖਾਂ ਦਿਸਣੇ, ਕਹਿੰਦੇ ਤੇਰਾ ਰੰਗ ਕਾਲਾ ਗਾ, ਤੇਰਾ ਵਿਆਹ ਕੌਣ ਕਰਾਊਗਾ, ਕਰੀਮਾ ਕਰੂਮਾ ਲਾ ਲਿਆ ਕਰ, ਐਂ ਕਰ ਲਿਆ ਕਰ, ਰੰਗ ਗੋਰਾ ਹੋ ਜਾਊਗਾ, ਮਾੜੀ ਮੋਟੀ ਸੋਹਣੀ ਲੱਗਣ ਲੱਗ ਜਾਏ। ਬਟ ਉਹਨੂੰ ਤਾਂ ਬਲੈਕ ਰੰਗ ਤਾਂ ਇੰਨਾ ਜ਼ਿਆਦਾ ਪਸੰਦ ਕਰਦੇ, ਲੋਕਾਂ ਨੂੰ ਕਿਉਂ ਨਹੀਂ ਪਸੰਦ ਕਰਦੇ, ਤੇ ਇੰਨੀ ਅਲਕਤ ਕਾਹਤੋਂ ਮੰਨਦੇ ਆ, ਸੋਗ ਕਾਹਤੋਂ ਮੰਨਦੇ ਵੀ ਰੰਗ ਕਾਲਾ ਗਾ। ਦੇਖ ਕੇ ਐਂ ਝਾਕਣਗੇ ਪੈਰਾਂ ਤੋਂ ਸਿਰ ਤੋਂ ਲੈ ਕੇ, ਹਾਏ ਕੰਨ ਕਿੰਨਾ ਰੰਗ ਕਾਲਾ, ਜੇ ਮੈਂ ਡਾਰਕ ਕਲਰ ਵੀ ਪਾ ਲੈਣਾ ਮੈਨੂੰ ਕਹਿਣਗੇ ਹਾਂ ਤਾਂ ਡਾਰਕ ਰੰਗ ਪਾ ਲੈ, ਤੂੰ ਇਹ ਨਾ ਪਾਇਆ ਕਰ। ਮਤਲਬ ਇੰਨੀ ਕਾਲੀ ਕਿਉਂ ਆ, ਵੀ ਮਤਲਬ ਤੁਹਾਡਾ ਸਾਰਿਆਂ ਦਾ ਰੰਗ ਠੀਕ ਆ ਪਰ ਇਹਦਾ ਰੰਗ ਇੰਨਾ ਕਾਲਾ ਕਿਉਂ ਆ। ਹੁਣ ਆ ਥੋੜੇ ਦਿਨ ਹੀ ਹੋਇਆ ਮੈਨੂੰ ਕਿਸੇ ਬੁੜੀ ਨੇ ਕਿਹਾ ਹਨਾ, ਕਹਿੰਦੀ ਮੈਂ ਤੁਹਾਡੀ ਕੁੜੀ ਦੀ ਵੀਡੀਓ ਦੇਖੀ, ਕਹਿੰਦੇ ਚੁੰਨੀ ਜੀ ਲੈ ਲੈਂਦੀ ਆ, ਪਹਿਲਾਂ ਤਾਂ ਇੰਨੀ ਕਾਲੀ ਹੁੰਦੀ ਆ, ਫਿਰ ਜਦੋਂ ਚੁੰਨੀ ਚੱਕਦੀ ਆ ਤੇ ਕਹਿੰਦੀ ਇੰਨੀ ਚੁੱਟੀ ਕਿਵੇਂ ਨਿਕਲ ਆਉਂਦੀ ਆ। ਮਤਲਬ ਮਜ਼ਾਕ ਹੀ ਡਾ ਰਹੀ ਸੀ ਨਾ ਉਹ, ਵੀ ਉਹਨੂੰ ਪਤਾ ਸੀ ਵੀ ਮੇਕਅਪ ਕੀਤਾ ਉਹਦਾ ਹਨਾ, ਫਿਰ ਵੀ ਮਜ਼ਾਕ ਡਾ ਰਹੀ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਉਹ ਮੇਕਅਪ ਸ਼ੂਟ ਤੇ ਗਈ ਸੀ, ਵੀ ਮੇਕਅਪ ਸੀਗਾ ਉਹਦਾ, ਤੇ ਕਹਿੰਦੀ ਅੱਛਾ ਠੀਕ ਹੈ, ਹੈਰਾਨੀ ਨਾਲ ਹੱਸਣ ਲੱਗ ਗਈ ਬਾਅਦ 'ਚੋਂ। ਵੀ ਮੇਰੀ ਇੰਗੇਜਮੈਂਟ ਹੋ ਗਈ ਤੇ ਮੈਂ ਉਹਨਾਂ ਨਾਲ ਵੀਡੀਓ ਪਾਉਣ ਲੱਗ ਗਈ ਹਨਾ, ਅਸੀਂ ਵੈਸੇ ਫੋਟੋ ਟੱਚ ਕਰਕੇ ਉਹਨਾਂ ਨੇ ਮੈਨੂੰ ਸੌਂਗ ਲਾ ਕੇ ਭੇਜਤੀ, ਤੇ ਮੈਂ ਉੱਤਾਂ ਹੀ ਚੱਕ ਕੇ ਪਾਤੀ ਵੀ ਮਤਲਬ ਇੰਨੀ ਕਾਲੀ ਆ, ਮੁੰਡਾ ਇੰਨਾ ਸੋਹਣਾ ਗਾ, ਤੈਨੂੰ ਕਿੱਥੋਂ ਮਿਲਿਆ ਗਾ ਹਨਾ, ਕਮੈਂਟਾਂ ਚ ਕਹਣਗੇ ਤਾਂ ਲੱਗਦਾ ਜਿਵੇਂ ਖਾਂਡ ਨੂੰ ਕੀੜਾ ਲੱਗਿਆ ਹੁੰਦਾ। ਹਾਂ ਮੈਂ ਪਹਿਲੀ ਫਸਟ ਵੀਡੀਓ ਪਾਈ ਸੀ ਨਾ, ਕਹਿੰਦੇ ਲਾ
ਅਕਾਲੀ ਜੀ ਦਾ ਵੀ ਬੀਐਫ ਹੈਗਾ ਕਹਿੰਦਾ ਸਾਡੇ ਵਰਗੇ ਤਾਂ ਜੁੜਤੀ ਵੀ ਨੀ ਸਾਨੂੰ ਤਾਂ ਜੁੜਤੀ ਵੀ ਨੀ ਅਸੀਂ ਤਾਂ ਇੰਨਾ ਸੋਹਣਾ ਸੰਤ ਤਾਂ ਵੀ ਨੀ ਜੁੜਦਾ ਕਰਦਾ ਕੁੜੀਆਂ ਵੀ ਕਮੈਂਟ ਕਰਦੀਆਂ ਕੁੜੀਆਂ ਵੀ ਬਹੁਤ ਕਰਦੀਆਂ ਉਹਨਾਂ ਨੂੰ ਕਹਿੰਦੀਆਂ ਵੀਰ ਤੈਨੂੰ ਕਾਲੀ ਜੀ ਚ ਕੀ ਲੱਗਿਆ ਦੱਸਿਆ ਹਨਾ ਵੀਰ ਤੇਰੀ ਕੀ ਮਜ਼ਬੂਰੀ ਸੀ ਤੂੰ ਉਹਨੂੰ ਛੱਡ ਦੇ ਮੇਰੇ ਨਾਲ ਗੱਲ ਕਰ ਲਾ ਫਿਰ ਉਹਨਾਂ ਇੰਨੇ ਜ਼ਿਆਦਾ ਸਪੋਰਟ ਕਰਦੇ ਆ ਕਹਿ ਦਿੰਦੇ ਵੀ ਤੂੰ ਕਮੈਂਟ ਪੜ੍ਹੇ ਨਾ ਕਰ ਇਗਨੋਰ ਮਾਰਿਆ ਕਰ ਰਹਿਣਾ ਤੇਰੇ ਨਾਲ ਮੈਂ ਆ ਕਹਿੰਦਾ ਲੋਕਾਂ ਨੇ ਥੋੜ੍ਹੀ ਰਹਿਣਾ ਉਹ ਵੀ ਬਥੇਰੇ ਲੋਕਾਂ ਨਾਲ ਲੜ ਪੈਂਦੇ ਕਹਿੰਦੇ ਵੀ ਹਨਾ ਵੀ ਉਹਦੇ ਨਾਲ ਮੈਂ ਰਹਿਣਾ ਤੁਹਾਨੂੰ ਕੀ ਦੇਖ ਕਹਿੰਦਾ ਮੈਨੂੰ ਪਸੰਦ ਆ ਕਦੇ ਕਦੇ ਆਪ ਹੀ ਕਹਿ ਦਿੰਦੀ ਆ ਵੀ ਮੈਂ ਇੰਨੀ ਕਾਲੀ ਆ ਤੈਨੂੰ ਪਸੰਦ ਆ ਨਾ ਕਹੂਗਾ ਤੂੰ ਮੇਰੀਆਂ ਅੱਖਾਂ ਨਾਲ ਦੇਖ ਲਾ ਕਹਿੰਦਾ ਸੋਹਣੇ ਤੋਂ ਸੋਹਣੇ ਬਥੇਰੀਆਂ ਪਈਆਂ ਕਹਿੰਦਾ ਮੈਨੂੰ ਆਏ ਕਹਿੰਦਾ ਤੇਰਾ ਦਿਲ ਸਾਫ਼ ਆ ਕਹਿੰਦਾ ਮੈਂ ਤੇਰੀ ਤੂੰ ਮੇਰੇ ਰਿਸਪੈਕਟ ਕਰਦੀ ਆ ਕਹਿੰਦਾ ਮੈਂ ਤੇਰਾ ਰੰਗ ਰੂਪ ਨੀ ਵੇਖਦਾ ਕਹਿੰਦਾ ਲੋਕਾਂ ਦੇ ਭਾਵੇਂ ਮਜ਼ਾਕ ਹੁੰਦਾ ਗੱਲ ਦਿਲ ਤੇ ਲੱਗਦੀ ਆ ਮੈਂ ਕਹਿੰਦਾ ਕੋਈ ਨੀ ਮੇਰਾ ਰੰਗ ਆ ਮੈਨੂੰ ਪਸੰਦ ਆ ਤੁਸੀਂ ਕਿ ਲੈਣਾ ਤੇ ਇੱਕ ਅੱਧਾ ਨੂੰ ਕਹਿ ਦੂੰਗੀ ਹੁਣ ਸਾਰੀ ਦੁਨੀਆ ਨੇ ਕਿਵੇਂ ਕਹਾਂ ਮੇਰਾ ਰੰਗ ਕਾਲਾ ਚਲ ਮੈਨੂੰ ਵਧੀਆ ਲੱਗਦਾ ਹਨਾ ਉਹ ਆਪਣੇ ਆਪ ਨੂੰ ਪਸੰਦ ਕਰਦੀ ਆ ਵੀ ਲੋਕਾਂ 'ਚ ਸਾਨੂੰ ਕੋਈ ਉਹ ਨਹੀਂ ਪ੍ਰੋਬਲਮ ਜੋ ਬੋਕੋ ਕੁਛ ਬੋਲੀ ਹਨ ਜੋ ਮਰਜ਼ੀ ਬੋਲੀ ਹਨ ਵੀ ਸਾਡੀ ਕੁੜੀ ਆ ਵੀ ਸਾਨੂੰ ਵਧੀਆ ਲੱਗਦੀ ਆ ਸਾਡੇ ਨਾਲ ਰਹਿੰਦੀ ਆ ਜੀ ਕਹਿ ਦਿੰਦੇ ਆ ਲੋਕ ਵੀ ਹਨਾ ਵੀ ਮਤਲਬ ਐਂ ਉਹ ਮੁੰਡੇ ਨਾਲ ਤੁਰੀ ਫਿਰਦੀ ਆ ਵੀ ਤੁਸੀਂ ਉਹਨੂੰ ਰੋਕਦੇ ਨਹੀਂ ਵੀ ਰਾਤਾਂ ਰਹਿ ਰਹਿ ਕੇ ਆਉਂਦੀ ਆ ਸ਼ੂਟ ਕਰਨ ਜਾਂਦੀ ਆ ਹਨਾ ਵੀ ਤੁਸੀਂ ਉਹਨੂੰ ਜਮਾਂ ਵੀ ਨਹੀਂ ਰੋਕਦੇ ਹੈਗੇ ਤੇ ਪਰ ਹੁਣ ਸਾਨੂੰ ਪਤਾ ਵੀ ਸਾਡੀ ਕੁੜੀ ਸਹੀ ਆ ਹਨਾ ਡੈਡੀ ਮੈਨੂੰ ਹੁਣ ਕਹਿ ਦਿੰਦੇ ਆ ਕਹਿੰਦਾ ਪੁੱਤ ਮੈਂ ਤਾਂ ਬਾਹਲਾ ਮਾਣ ਆ ਕਹਿੰਦਾ ਮੇਰੀ ਇੱਜ਼ਤ ਖਰਾਬ ਨਾ ਕਰੇ ਮੈਂ ਕਿਹਾ ਡੈਡੀ ਮੈਂ ਤੁਹਾਡੀ ਇੱਜ਼ਤ ਕਹਿੰਦਾ ਨਹੀਂ ਖਰਾਬ ਕਰ ਰਿਹਾ ਮੈਂ ਕਿਹਾ ਨਾ ਮੈਂ ਸ਼ਾਰਟ ਕੱਪੜਿਆਂ 'ਤੇ ਵੀਡੀਓ ਪਾਉਣੀ ਨਾ ਮੈਂ ਉੱਦਾਂ ਹਨਾ ਮੈਂ ਪੰਜਾਬੀ ਸੂਟ 'ਤੇ ਵੀਡੀਓ ਪਾਉਣੀ ਜੇ ਸੂਟ 'ਤੇ ਤਾਂ ਮੇਰੀ ਟਾਰ ਆ ਜੀ ਨਹੀਂ ਬੰਦ ਨਹੀਂ ਮੈਨੂੰ ਪਸੰਦ ਹੀ ਨਹੀਂ ਜੀ ਇੱਕ ਵਾਰ ਫੋਟੋ ਕੀਤੀ ਸੀ ਵੈਸੇ ਮੈਂ ਦੇਖਦੀ ਸੀ ਕਿੱਦਾਂ ਲੱਗਦੀਆਂ ਸੋਹਣੇ ਲੱਗਦੇ ਆ ਬਟ ਮੈਂ ਸੂਟ 'ਚ ਜ਼ਿਆਦਾ ਸੋਹਣੀ ਲੱਗਦੀ ਹਾਂ ਜਦੋਂ ਤੂੰ ਵੱਟੇ ਬੰਦਿਆਂ ਨੇ ਮਿਲਣ ਕੀਤੇ ਉਹ ਤੁਹਾਨੂੰ ਕਹਿਣਗੇ ਸ਼ੂਟ ਕਰਨਾ ਤੇ ਕਹਿੰਦੇ ਤੂੰ ਉਹਨੂੰ ਮਨਾ ਕਰਦੇ ਮੈਂ ਆਹ ਨਹੀਂ ਪਾਉਣਾਗਾ ਮੈਂ ਕਿਹਾ ਉਹ ਜਾਂਦਾ ਜਾਵੇ ਪਰ ਮੈਂ ਤਾਂ ਡਰੈਸਿੰਗ ਸੈਂਸ ਨਹੀਂ ਚੇਂਜ ਕਰਦੀ ਸੂਟ ਹੀ ਰੱਖਣਾ ਇੱਜ਼ਤ ਆਪਦੇ ਹੱਥੀ ਆ ਕੀ ਫਾਇਦਾ ਕੀ ਆ ਨੰਗ ਪਾਉਣਾ ਦਿਖਾ ਕੇ ਕੋਈ ਫਾਇਦਾ ਨਹੀਂ ਡੈਡੀ ਨੇ ਤੇ ਮੰਮੀ ਨੇ ਕਦੇ ਵੀ ਨਹੀਂ ਆਏ ਸੋਚਿਆ ਵੀ ਇੰਨੀਆਂ ਕੁੜੀਆਂ ਆ ਸਾਨੂੰ ਐਂ ਲੱਗਦਾ ਵੀ ਅਸੀਂ ਬਾਹਲੇ ਜ਼ਿਆਦਾ ਹਾਂਗੇ ਨਹੀਂ ਸਾਨੂੰ ਕਦੇ ਫੀਲ ਨਹੀਂ ਹੋਇਆ ਤੇ ਵੀ ਸਾਨੂੰ ਪਾਲਿਆ ਪੋਸਿਆ ਪੜ੍ਹਾਇਆ ਲਿਖਾਇਆ ਵਧੀਆ ਚਲੋ ਥੋੜੇ ਜਿਹੇ ਸਮਝਦਾਰ ਹੋ ਗਏ ਫਿਰ ਅਸੀਂ ਆਪਦਾ ਖਰਚਾ ਖੁਦ ਕਰਨ ਲੱਗ ਗਏ ਮੈਨੂੰ ਐਂ ਹੁੰਦਾ ਵੀ ਚੱਲ ਮੈਂ ਜਿਵੇਂ ਵੀ ਆ ਹਨਾ ਵੀ ਘਰ ਬਾਰ ਵਧੀਆ ਬਣਾ ਲਾ ਡੈਡੀ ਵਰਗਿਆਂ ਨੂੰ ਮੰਮੀ ਨੂੰ ਉਹ ਚੀਜ਼ ਲੈ ਕੇ ਦੇਵਾਂ ਜਿਹੜੀ ਕਦੇ ਮੰਮੀ ਨੂੰ ਸੋਚੀ ਵੀ ਨਾ ਹੋਵੇ ਮੰਮੀ ਮੈਨੂੰ ਕਹਿ ਦਿੰਦੇ ਪੁੱਤ ਮੈਂ ਤਾਂ ਇੱਥੇ ਤੱਕ ਕੰਨ ਬਣਾਉਣੇ ਆ ਤੇ ਤੂੰ ਵੀ ਮੁਰਕਿਆਂ ਬਣੀਆਂ ਮੈਂ ਕਹਿੰਦੀ ਹਾਂ ਮੰਮੀ ਕੋਈ ਨਾ ਉਹ ਮੈਂ ਪਾ ਦੇਣੀ ਆ ਥੋੜੇ ਕਦਮ ਤੱਕ ਬਸ ਥੋੜਾ ਘਟਾਵੀ ਬਸ ਜਦ ਮੈਂ ਦੇਖ ਲੈਣੀ ਸੂਟ ਮੈਂ ਕਹਿੰਦੀ ਹਾਂ ਮੰਮੀ ਵਾਸਤੇ ਆ ਵੀ ਇਹਦਾ ਸੂਟ ਲੈਣਾ ਹੁਣ ਮੰਮੀ ਜਿਹੜੀ ਚੀਜ਼ ਕਹਿੰਦੇ ਨਾ ਵੀ ਮੈਨੂੰ ਆਹ ਚਾਹੀਦੀ ਆ ਮੈਂ ਲੈਣ ਚੋਕਰੀ ਹੋ ਗਈ ਵੀ ਮੈਨੂੰ ਸਭ ਕੁਛ ਦਈ ਕਦੋਂ ਹੰਕਾਰ ਨਾ ਦਈ ਮੈਨੂੰ ਆਪਦੇ ਘਾਟਾ ਮੈਨੂੰ ਮੰਮੀ ਡੈਡੀ ਦੀ ਜ਼ਿਆਦਾ ਮੈਨੂੰ ਆਇਆ ਵੀ ਮੈਂ ਉਹਨਾਂ ਨੂੰ ਉਹ ਚੀਜ਼ ਦਿਖਾਵਾਂ ਜਿਹੜੀ ਉਹਨਾਂ ਨੇ ਕਦੇ ਸੋਚੀ ਨਾ ਹੁਣ ਮੰਮੀ ਜਿਹੜਾ ਸੂਟ ਮੰਗਦੀ ਮੈਂ ਉਹਨਾਂ ਚੋਕਰੀ ਹੋ ਕੇ ਸੂਟ ਲੈ ਕੇ ਦੇ ਦਿੰਦੀ ਹਾਂ ਮੈਨੂੰ ਆਇਆ ਮੇਰਾ ਡੈਡੀ ਵੀ ਚੜ੍ਹਦੇ ਕੱਪੜੇ ਪਾਵੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਤੁਹਾਡੀ ਮੁਲਾਕਾਤ ਸੋਨੂੰ ਭੈਣ ਦੇ ਨਾਲ ਕਰਵਾਉਣ ਜਾ ਰਹੇ ਹਾਂ ਉਹਨਾਂ ਦਾ ਪਰਿਵਾਰ ਵੀ ਸਾਡੇ ਨਾਲ ਮੌਜੂਦ ਹੋਊਗਾ ਇਹਨਾਂ ਦੀ ਪਹਿਲਾਂ ਵੀ ਤੁਸੀਂ ਇੰਟਰਵਿਊਜ਼ ਦੇਖੀਆਂ ਹੋਣਗੀਆਂ ਅੱਜ ਗੱਲਬਾਤ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਆਪਣੇ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਕਿਵੇਂ ਹੋ ਠੀਕ ਠਾਕ ਹੋ ਹਾਂਜੀ ਵਧੀਆ ਤੁਸੀਂ ਦੱਸੋ ਵਧੀਆ ਅੱਛਾ ਤੁਸੀਂ ਦੱਸੋ ਕਿੰਨੇ ਭੈਣ ਭਰਾ ਹੋ ਤੁਸੀਂ ਅਤੇ ਕਿਵੇਂ ਦੇ ਹਾਲਾਤ ਹੁੰਦੇ ਆ ਘਰ ਦੇ ਦੀਦੀ ਅਸੀਂ ਹੈਗੇ ਹਾਂ ਵੀ ਮਤਲਬ ਪੰਜ ਮੇਰੇ ਭੈਣਾਂ ਨੇ ਇੱਕ ਮੇਰਾ ਬ੍ਰਦਰ ਆ ਠੀਕ ਹੈ ਅਤੇ ਇੱਕ ਮੇਰੀ ਸਿਸਟਰ ਅਸੀਂ ਗੋਦ ਦਿੱਤੀ ਹੋਈ ਆ ਮੇਰੇ ਭੂਆ ਫੁੱਫੜ ਨੂੰ ਹੈ ਨਾ ਅਤੇ ਮਤਲਬ ਮੇਰੇ ਤੋਂ ਦੋ ਛੋਟੀਆਂ ਸਿਸਟਰ ਮੈਰਿਡ ਨੇ ਉਹਨਾਂ ਤੋਂ ਛੋਟੀ ਇਹ ਆ ਅੱਛਾ ਤੁਸੀਂ ਸਾਰਿਆਂ ਤੋਂ ਵੱਡੇ ਹਾਂਜੀ ਮੈਂ ਸਭ ਤੋਂ ਵੱਡੀ ਹਾਂ ਅਤੇ ਬ੍ਰਦਰ ਮੇਰਾ ਸਭ ਤੋਂ ਛੋਟਾ ਹੈਗਾ ਅਤੇ ਘਰ 'ਚ ਗਰੀਬੀ ਹੋਣ ਕਰਕੇ ਵੀ ਮਤਲਬ ਮੈਂ ਤਾਂ ਕਿਵੇਂ ਨਾ ਕਿਵੇਂ ਕਰਕੇ ਬੀ ਏ ਕਰ ਲਈ ਕਿ ਪਹਿਲਾਂ ਮੇਰੇ ਦਾਦਾ ਜੀ ਆਰਮੀ 'ਚ ਸੀਗੇ ਹੈ ਨਾ ਉਹਨਾਂ ਦੀ ਸੈਲਰੀ ਆਉਂਦੀ ਸੀਗੀ ਵੀ ਵਧੀਆ ਸਾਡਾ ਗੁਜ਼ਾਰਾ ਹੋ ਹੀ ਜਾਂਦਾ ਸੀਗਾ ਹੈ ਨਾ ਜਦੋਂ ਤੁਹਾਡਾ ਜਨਮ ਹੁੰਦਾ ਉਦੋਂ ਘਰ 'ਚ ਮਾਹੌਲ ਕਿੱਦਾਂ ਦਾ ਸੀਗਾ ਉਦੋਂ ਬਹੁਤ ਵਧੀਆ ਮਾਹੌਲ ਸੀ ਕਿਉਂਕਿ ਦਾਦਾ ਜੀ ਦੀ ਪੈਨਸ਼ਨ ਆਉਂਦੀ ਸੀ ਡੈਡੀ ਵਧੀਆ ਕੰਮ ਕਾਰ ਕਰਦੇ ਸੀਗੇ ਅਤੇ ਮਤਲਬ ਵਧੀਆ ਹੈਲਥੀ ਸੀਗੇ ਡੈਡੀ ਹੁਣ ਡੈਡੀ ਹੈਂਡੀਕੈਪਟ ਨੇ ਠੀਕ ਹੈ ਅਤੇ ਮੰਮੀ ਵੀ ਉਦੋਂ ਕੰਮ ਕਰਦੇ ਸੀਗੇ ਅਤੇ ਵਧੀਆ ਘਰ ਦਾ ਗੁਜ਼ਾਰਾ ਵਧੀਆ ਹੋਈ ਜਾਂਦਾ ਸੀਗਾ ਅਤੇ ਇਸ ਤੋਂ ਬਾਅਦ ਦਾਦਾ ਜੀ ਡੈਥ ਹੋ ਗਈ ਅਤੇ ਉਹ ਪੈਨਸ਼ਨ ਫਿਰ ਮੇਰੀ ਦਾਦੀ ਨੂੰ ਮਿਲਣ ਲੱਗ ਗਈ ਫਿਰ ਵੀ ਸਾਡਾ ਵਧੀਆ ਚੱਲੀ ਗਿਆ ਅਤੇ ਫਿਰ ਇਸ ਤੋਂ ਬਾਅਦ ਜਦੋਂ ਦਾਦੀ ਦੀ ਡੈਥ ਹੋ ਗਈ ਹੈ ਨਾ ਵੀ ਲੋਕਾਂ ਨੂੰ ਐਂ ਸੀ ਵੀ ਇਹ ਭੁੱਖੇ ਮਰਨਗੇ ਵੀ ਸਾਰਾ ਕੁਛ ਵੀ ਦਾਦਾ ਦਾਦੀ ਦੇ ਸਿਰ 'ਤੇ ਚੱਲਦਾ ਸੀ ਸਾਡਾ ਹੈ ਨਾ ਵੀ ਇਹਨਾਂ ਨੂੰ ਐਂ ਸੀ ਮਤਲਬ ਦਿਹਾੜੀ ਕਰਦੇ ਆ ਡੈਡੀ ਵੀ ਇੱਕ ਦਿਹਾੜੀ ਨਾਲ ਕੀ ਹੋ ਜਾਂਦਾ 250-300 ਰੁਪਇਆ ਦਿਹਾੜੀ ਨਾਲ ਕੁਛ ਨਹੀਂ ਬਣਦਾ ਹੈ ਨਾ ਉਹਨਾਂ ਨੂੰ ਐਂ ਸੀ ਵੀ ਇੰਨੇ ਜਾਣੇ ਖਾਣ ਵਾਲੇ ਆ ਕਮਾਉਣ ਵਾਲਾ ਇਕੱਲਾ ਵੀ ਇਹਨਾਂ ਦਾ ਘਰ ਤੱਕ ਵੀ ਵਿਕ ਜੂਗਾ ਇਹ ਸੋਚ ਸੀਗੀ ਲੋਕਾਂ ਦੀ ਪਰ ਅਸੀਂ
काम किया है ना अपने आप नूं भी मतलब दिखाया असीं कदे किस तो चीज़ लैके नहीं खाधी मंगी नहीं कदे भी किसी तो भी आपका लीड़ा कपड़ा जो भी असीं खुद मतलब अरेंजमेंट करते हैं आपका किवें मर्जी करिए है ना भी इस तो बाद मैं बी ए तो बाद मैं फिर जॉब की डैडी नाल हेल्प होन लग गई थोड़ी जी तो फिर इस तो बाद मैं टी सी एस सेंटर लग गई है ना उत्थे एग्जाम च ड्यूटी कर लग गई तो सोनू दी मतलब के प्लस टू मतलब के ओपन करवाई हुई है सी अच्छा जी तो उहनू उत्थे भेजता सी राजस्थान किसी के घर काम करने वास्ते ते फिर मैं क्या भी तेरा करियर भी इत्थे रुक जूगा जे तू किसी दे इत्थे घरे रही काम करन लगी तेरा करियर इत्थे रुक जाना भी तू आ इत्थे भी इत्थे कर ला जड़ा कुछ करना है ना फिर मैं क्या भी कोई ये कहन लग गई भी जड़े चार पैसे आंदे भी उन्हां नाल सहारे ही हुंदा घरदिआं नूं भी जे मैं घरे आ गई तो मुड़ के बाद चो फिर किवें करांगे आपां मैं क्या कोई ना जिथे पहला होई जांदा उत्थे हुण होर होई जाऊगा भी पहला कहंदे सी ना भी दादी मर गई तो इस तों बाद भी कुछ होना ही नहीं तो मैं क्या जे तू आ जाएगी फिर किहड़ा कुछ होना नहीं भी परमात्मा सब नू दिंदा खान नू जे उन्हें इन्ने दिते आ तां भी खान नू भी उही दऊगा मैं कहा कोई गल नहीं तू आ जा फिर इस तों बाद इत्थे आई वह रीलां बनाउण तों रोकदे सीगे इहनूं कौण भी दीदी जिहड़े सीगे उह कहिंदे सी भी फोन ज़्यादा यूज़ ना करिया कर भी तू सारे दिन फोन चलाई जानी रहनी तेरियां अखां खराब हो जाणगियां इह हो जूगा फिर मैं क्या मैं क्या जो तेरा भी इंट्रस्ट ही इस कामां च है ना भी तू मतलब कि चाहनी है भी सोशल मीडिया च ही आना है ना तो मैं फिर इन्हें क्या मैं तू आ जा फिर इस तो बाद आई है ना इन्हें मतलब आपका काम स्टार्ट किया मैं रीलर ला के आके बना लग गई ठीक है फिर इस तो बाद थोड़ी फेमस हो गई तो हुण लोग कहिंदे आ भी इन्हां तो भी मतलब सारे हुण जिहड़ा सानूं बुलाउंदा भी नहीं सी ना उह अज्ज सानूं आके कह दिंदे आ भी थोड़ी कुड़ी बहुत वधिया गई वधिया काम करदी आ पहलां कह दिंदे सी नचदियां टपदियां रहिंदियां भी फोन ते वीडियो बनाउंदियां कोई फायदा नहीं इस चीज़ां दा भी तुसीं इन्हां नूं रोकदे नहीं डैडी नूं भी कह दिंदे हुंदे सीगे पर डैडी ने सानू कदे नहीं रोकया इस भी मतलब कि ना सानू लीड़े कपड़े तो रोकया ना सानू बाहर अंदर जान तो रोकया भी बहुत वधिया सानू मतलब कि पढ़ाया लिखाया खाण पीन नू हर एक चीज़ दिती है सानू कदे किसी दे हत्थां वल नहीं झाकन दिता मैं तो पहला दादी कोल रहिंदी सी मैनूं दादी ने पालिया सीगा दस करीतियां हुण ते मैडम मारे कह दिंदे सीगे भी इन्नियां कुड़ियां भी तुसीं किवें व्याहोगे भी मतलब मुंडा भी छोटा गा है ना भी आपदी भी बांह टुटी हुई डैडी दी डैडी नूं कह दिंदे सी बहुते जणे बोलदे सीगे कह दिंदे सी भी इन्नियां कुड़ियां भी किवें व्याहेगा तूं है ना पर डैडी ने कदे फील ही नहीं किया भी असी कुड़ियां सानू मुंडिया वांगू ही समझ तुसी व्याह भी नहीं कराया व्याह मैं इस करके नहीं कराया क्योंकि मेरा ब्रदर छोटा सीगा अजे ते तुसी बड़े हो सारे हाँ जी मैं सब तो बड़ी हाँ दो भैणा व्याहियां छोटियां हाँ जी मेरे तो छोटिया सिस्टर मेरिया मैरिड ने एक तो मेरे नानकियां ने रखी हुई सी उन्होंने उन्होंने विआह किया सीगा ते इस तो छोटी है जड़ी वो मेरे तो छोटी सीगी ते उदा असी करता सीगा क्योंकि मुंडा वधिया मिल गया सी घर बार वधिया मिल गया सी ता करके असी करता सीगा ते वो आपदे घरे वधिया खुशी आ तुसी नहीं कराया मैं इस करके नहीं कराया मैनू ऐ सी भी मेरा भरा थोड़ा जिहा वड्डा हो जाए काम ते लग जाए ते जे मैं विआह करवा लई मैनू ऐ सी भी मैं ही सब तो वड्डी हैगी भी घर का हुण सारा कुछ मैं ही सांभ रख्या गा कुछ भी आ है ना सौदा पत्ता लियाउणा होवे जो भी चीज़ लियाउणी होवे सारा कुछ मेरे हाथ च ही आ ਤਾਂ ਕਰਕੇ ਫਿਰ ਮੈਂ ਨਹੀਂ ਕਰਵਾਇਆ ਕਿਉਂਕਿ ਫਿਰ ਮੈਨੂੰ ਆਇਆ ਵੀ ਇਹਨਾਂ ਦਾ ਸਾਰਾ ਕੁਝ ਸੈੱਟ ਹੋ ਜਾਏ ਫਿਰ ਮੈਂ ਖੁਦ ਸੈਟਲ ਹੋ ਜਾਂ ਫਿਰ ਇਸ ਤੋਂ ਬਾਅਦ ਵਿਆਹ ਕਰਵਾਉਂਗੀ ਤੁਹਾਨੂੰ ਐਂ ਲੱਗਦਾ ਵੀ ਜੇ ਵਿਆਹ ਹੋ ਗਿਆ ਤਾਂ ਪਿੱਛੋਂ ਰੋਣ ਲੱਗ ਜਾਣਾ ਹਾਂਜੀ ਇਹੀ ਸੋਚਿਆ ਵੀ ਜੇ ਵਿਆਹ ਕਰਵਾ ਲਿਆ ਫਿਰ ਉਹਨਾਂ ਨੇ ਵੀ ਨਹੀਂ ਆਉਣ ਦੇਣਾ ਅਗਲਾ ਆਪਦੇ ਘਰ ਬਾਰੇ ਸੋਚਦਾ ਕਿਸੇ ਦੇ ਘਰ ਬਾਰੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਵੀ ਮਤਲਬ ਅਗਲਾ ਆਪਦੇ ਬਾਰੇ ਸੋਚਦਾ ਕਿਸੇ ਬਾਰੇ ਕੋਈ ਨਹੀਂ ਸੋਚਦਾ ਹੁੰਦਾ ਵੀ ਕੀ ਪਤਾ ਹੁਣ ਲਾਈਫ ਪਾਰਟਨਰ ਮੈਨੂੰ ਕਿਹੋ ਜਿਹਾ ਮਿਲੂਗਾ ਹੈ ਨਾ ਵੀ ਕਿੱਦਾਂ ਦਾ ਹੋਊਗਾ ਵੀ ਉਹ ਮੇਰੇ ਮੰਮੀ ਡੈਡੀ ਬਾਰੇ ਸੋਚੂਗਾ ਜਾਂ ਨਹੀਂ ਸੋਚੂਗਾ ਇਹ ਆਪਾਂ ਕਹਿ ਨਹੀਂ ਸਕਦੇ ਨਾ ਅਗਲੇ ਬੰਦੇ ਦਿਲ 'ਚ ਕੀ ਚੱਲ ਰਿਹਾ ਹੈ ਨਾ ਤਾਂ ਕਰਕੇ ਭਰਾ ਵੱਡਾ ਹੋ ਜੂਗਾ ਫਿਰ ਵਿਆਹ ਕਰਾਉਣਾ ਮਾਂ ਪਿਓ ਨੂੰ ਸਾਂਭਣ ਜੋਗਾ ਹਾਂਜੀ
थोड़ा जिहा मैच्योर हो जाए, मतलब कि हजे 15 साल का गा तो जो 20-21 साल का हो गया बस उदो करवा लूंगी मैं। उन्नी देर नहीं करवाती। नहीं मैनू कह देंगे भी तू विआह करवा ला, वधिया रिश्ते आ जाते हैं, पर मैं कह दिनी नहीं भी मैं किसी पर डिपेंड ही नहीं रहना, मैं आपका खुद का करके फिर इस तो बाद सैटल होना पहला मैं। पढ़ी लिखी बात है कहती मार पैर सर खड़ी हो गया। अच्छा सारा नहीं ज्यादा पढ़ी हुई है। किन्ने पढ़े तुसी? मेरी बीए की हुई है। अच्छा ते नाल कंप्यूटर डिप्लोमा। हाँ जी। अच्छा तुसी दादी दादे को रहिंदी सी? दादी को रहिंदे? मेरे दादी ने पढ़ा वैसे निके हों खर्चा पानी सारा पढ़ाई लिखाई उन्होंने कराई हुई है। प्लस वन चुना डैथ हो गया, हार्ट अटैक आ गया सीगा। इस तो बाद 2-3 महीने फिर मैं इत रही, फिर मैं सोचा भी चल डैडी मैं भी हेल्प करा दा। वैसे मेरे रील बनाते फॉलोवर तो मेरे बाबा 50,000 से, पर मैं आ नहीं पता फिर तो पैसे किदा कमाई दे है ना। मैं सारे लोग स्टार बन जाते, मैं चलो इतक नाम ही बनता, मैं आ नहीं पता से पैसे किमें कमाई दे है ना। मैं वीडियो पा दिंदी सी मेरे अकाउंट तो रिच भी डाउन हो गई सी कि मैं 2-3 महीने छड़ता सी ना। फिर मैं राजस्थान जा बड़ी उत्थे वीडियो बना तो रोकते से कहते पढ़ाई से ध्यान दे ला है ना भी तू अपनी जॉब जूब तो लग जाएंगी। फिर उत्थे मैं 2 जवाक सामने से 6 साल का सी 3 साल का सी, उन्होंने रोटी पानी तो लैके सौन तक मैं ही करती सी, रात को उठ के उन्होंने दुध देना बहुत औखा सी। मुड़क रात भी कई बार जाके निकल जाते थे तो वह सैलरी मैंने 4,000 देंदे सी, खर्चा पानी वधिया करते सी। तो फिर उस बाद मैं उत्थे 2 साल ला ले, डैडी कहते मैं रोन भी लग गया कई बार, मैं मैं डैडी इतने औखा बहला है, डैडी कहते फिर तू आ जा पुत जिते खाई जो उत्थे तेन खुआ दू। मैं सोच लिया भी चल इन्हों का खर्चा पानी है ना डैडी का भी मतलब मेरे करके हो ही जाता है ना, वधिया पैसे मिलते है ना घर, मैं कहा चलो हेल्प हो जाती है तो मैं कहा चलो मैं दे दा है ना, फिर मैं चल हेल्प करा दा, मैं डैडी तो सैट हो गया ना फिर आप मैं आ जाऊँगी है ना। फिर दीदी कह लग के कहते तू जवाक सामभण जोकरी रह जाएगी, कहती घरें आ जा, कहती यार करियर बना ला है ना, कहते तू प्लस टू इस करके थोड़ी की भी जवाक सामभने। फिर मैं उतों आके 2-3 महीने घर रही रेस्ट की, उतों आके बाबा थक जाने से ना, फिर रात रात मैं लेट सौंदी सी उत्थे, फिर मैं उतों आके फिर मैं सलून च जान लग गई, वो कहते चल 2,000 तो 2500 तो दे दया करा कम करा दया करा, डैडी भी कहते भर दया करा फीस तो जावड़िया कर, ये भी दीदी भी लगे सके कम ते कहते मैं कर दया करूँ कोई नहीं जावड़िया कर। फिर मैं जान लग गई, मैं 8 दिन मसा लाए थे, कई बार मेरे को किराए में पैसे भी नहीं होंगे सके। फिर मैं जान हट गई, मैं मम्मी चल मैं नहीं जाना है ना, मैं रोज 20 रुपये किराया लगता है उतरों 2500 किस्त, मैं कितों करूँगी जिन्हें मेरी छोटी भैन काम करती, एक कहती तू जावड़ा कर, कहती काम तो मैं घर कर लिया करूँगी। फिर मैं उतर भी जाती से काम करके आँदी सी, मैं तो उतर 10-20 दिन ही लाए होंगे, फिर उतरों काम करके सुबह टाइम नहीं जाना, फिर उतर 8 बजे फ्री होकर फिर इधर जाना, उतरों फ्री होके फिर मैं इधर ही सलून च वापस आती 4 बजे उन्होंने घर ही अड्डे उतर जाना, फिर उतर उन्होंने घर काम करके फिर मैं घर आना, इदा करके नाले मैं उधर काम कर दी मैं उधर काम सीखा फिर मैं घर आके करना। फिर उतो फिर मैं हट गई, मैं मम्मी भी ये कहती फिर मैं जाना, फिर यह बीमार सी ना फिर मेरी जगह तो जान लग गई सी, एक कहती दीदी बस मैं जाना, फिर ये जान लग गई। उस तो बाद फिर मैं उन्होंने मैंने कहा भी तेरा इन्ना वधिया पेज आ तू तो सटार हाँ, मैं कहा दे सटार है ना भी पैसे पूसे तो आते नहीं है ना, मैं कहा ना इतना कोई हेल्प, मैं कहा बस एक ना ही हाँ, वह कहते नहीं तू इदा कर तेरा मेकअप शूट करके, मैं कहा वह की हों मैं पता भी नहीं वह कह तेरा मेकअप करके इदा। तो फिर उन्होंने मेरे पहला सिंपल आए फ्रंट कैमरे तो ना बनाई वीडियो तो इतना सिंपल दिखाती, बाद उन्होंने मेकअप करता है ना तो वीडियो 8 तक मिलियन च जावड़ी, मतलब 3 बजे पाई मतलब शाम 8 बजे मिलियन च जावड़ी, तो वो वीडियो मेरी 15 मिलियन च जावड़ी, ये करके इन्नी ज्यादा वायरल हो कि लोगों ने बड़े तरह कमेंट किए कुदरत छेड़छाड़ ना करो इदा ना करो कुदरत की छेड़छाड़ ਵੀ ਕਹਿੰਦੇ ਵੀ ਜਿੱਦਾਂ ਦਾ ਰੰਗ ਆ ਵੀ ਉੱਦਾਂ ਨੇ ਵਾਲ ਪੱਟੀ ਕਰਤੀ ਉਹ ਕਰਤਾ ਹੈ ਨਾ, ਇਹ ਤਾਂ ਕਾਲੀ ਆ ਹਾਏ ਕਿਹੋ ਜਿਹੀ ਬਣਾਤੀ ਭੂਤ ਲੱਗਦੀ ਆ ਐਂ ਲੱਗਦੀ ਆ, ਲੋਕਾਂ ਨੇ ਬੜੇ ਕਮੈਂਟ ਕਰ ਕਰਕੇ ਨਾ 15 ਮਿਲੀਅਨ 'ਚ ਕਰਤੀ ਵੀਡੀਓ, ਕਈਆਂ ਨੇ ਆਪਣੇ ਪੇਜ 'ਤੇ ਵੀ ਚੱਕ ਕੇ ਪਾਤੀ ਮਜ਼ਾਕ ਦੇ ਤੌਰ 'ਤੇ ਵੀਡੀਓ ਬਣਾ ਰਹੇ ਆ ਕੀ ਕਹਿੰਦੇ ਹਾਏ ਪਹਿਲਾਂ ਤਾਂ ਆਏ ਸੀ ਹੁਣ ਆ ਕੀ ਹੋ ਗਿਆ ਰੱਬਾ ਇੱਦਾਂ ਕਾਹਤੋਂ ਕਰਦਾ ਮੁੰਡਿਆਂ ਨਾਲ ਧੋਖਾ ਕਰਦੇ ਆ, ਬਿਊਟੀ ਪਾਰਲਰਾਂ 'ਤੇ ਕੁਛ ਹੋਣਾ ਚਾਹੀਦਾ ਇਹਨਾਂ ਨੇ ਐਂ ਕਰਤਾ ਜੋ ਕਰਤਾ। ਬਾਅਦ 'ਚ ਮੇਰੇ ਵੀਡੀਓ ਵਾਇਰਲ ਹੋ ਗਈ, ਫਿਰ ਮੈਂ ਨਾ ਵੀਡੀਓ ਪਾਉਣ ਲੱਗ ਗਈ, ਮੈਂ ਕਿਹਾ
ਉੱਥੇ ਤਾਂ ਕਰਕੇ ਮੈਂ 2 ਸਾਲ ਮਤਲਬ ਕਿ ਘੱਟ ਵੱਧ ਚਲਾਇਆ, ਬਾਹਲਾ ਨਹੀਂ ਚਲਾਇਆ। ਵੀਡੀਓ ਪਾ ਦਿੰਦੇ ਸੀ ਅਕਾਊਂਟ ਦੇ ਵਿੱਚ, ਘੱਟ ਗਈ ਸੀਗੀ ਜਮੇ, ਮਤਲਬ 500 ਜਣੇ ਦੇਖਦੇ ਸੀ, 20 ਵਿੱਚ ਲਾਈਕ ਕਰਦੇ ਸੀਗੇ। ਸਾਰੇ ਕਹਿੰਦੇ ਤੇਰੇ ਫੇਕ ਫੋਲੋਅਰ ਆ, ਹਨਾ ਤੂੰ ਫੇਕ ਵਧਾਏ। ਮੈਂ ਕਿਹਾ ਮੈਂ ਕਾਹਦੇ ਨਾਲ ਫੇਕ ਵਧਾ ਲੂੰਗੀ, ਬਸ ਫਿਰ ਮੈਂ ਚਲਾਈ ਕੇ ਮੈਂ ਕਿਹਾ ਚੱਲ ਕੋਈ ਨਾ ਕਹੀ ਜਾਓ, ਮੈਂ ਕਿਹਾ ਮੇਰਾ ਰੀਅਲ ਫੋਲੋਅਰ ਆ ਸਾਰਿਆਂ ਦੇ। ਅਤੇ ਬਸ ਮੈਂ ਉਹਨਾਂ ਨੇ ਮੇਰੀ ਵੀਡੀਓ ਚਲਾ ਤੇ ਅਤੇ ਵਾਇਰਲ ਹੋ ਕੇ ਇਹਨਾਂ ਨੇ ਮੇਰਾ ਪੇਜ ਸਹੀ ਚਲਾਉਣ ਲੱਗ ਗਿਆ। ਫਿਰ ਮੈਂ ਪਾਉਣ ਲੱਗ ਗਈ ਵੀਡੀਓ, ਹੈ ਨਾ ਵਧੀਆ ਪਾਉਣ ਲੱਗ ਗਈ, ਫਿਰ ਘਰ ਰਹਿਣ ਲੱਗ ਗਈ, ਫਿਰ ਮੈਨੂੰ ਪ੍ਰਮੋਸ਼ਨ ਵੀ ਆਈ ਇੱਕ ਅੱਧੇ ਆਉਣ ਲੱਗ ਗਈ। ਤੁਸੀਂ ਦੱਸਦੇ ਕਿ ਤੁਹਾਨੂੰ ਪਹਿਲਾਂ ਵੀ ਰੰਗ ਨੂੰ ਲੈ ਕੇ ਮਿਹਣੇ ਵੱਜਦੇ ਸੀ? ਹਾਂ, ਅਤੇ ਪਹਿਲਾਂ ਮਿਹਣੇ ਮਾਰਤੇ ਸੀ, ਕਹਿੰਦਾ ਸੀ ਤੂੰ ਤਾਂ ਵਿਆਹ ਕੌਣ ਕਰਾਊਗਾ। ਅੱਛਾ, ਕਿਉਂ? ਕਹਿੰਦਾ ਤੇਰਾ ਰੰਗ ਕਾਲਾ ਗਾ, ਕਹਿੰਦਾ ਤੈਨੂੰ ਵਿਆਹ ਕਿਹਨੇ ਕਰਾਉਣਾ, ਕਰੀਮਾ ਕਰੂਮਾ ਲਾ ਲਿਆ ਕਰ, ਐਂ ਕਰ ਲਿਆ ਕਰ, ਰੰਗ ਗੋਰਾ ਹੋ ਜਾਊਗਾ, ਮਾੜੀ ਮੋਟੀ ਸੋਹਣੀ ਲੱਗਣ ਲੱਗ ਜਾਏਗੀ। ਇੱਦਾਂ ਕਹਿੰਦੇ? ਮੈਂ ਕਹਿਣ ਕੋਈ ਨਹੀਂ, ਮੇਰਾ ਰੰਗ ਆ, ਮੈਨੂੰ ਪਸੰਦ ਆ, ਤੁਸੀਂ ਕੀ ਲੈਣਾ, ਹੈਨਾ? ਅਤੇ ਇੱਕ ਅੱਧਾ ਨੂੰ ਕਹਿ ਦੂੰਗੀ ਹੁਣ ਸਾਰੇ ਦੁਨੀਆਂ ਨੇ, ਕਿਵੇਂ ਕਹਾਂ ਮੇਰਾ ਰੰਗ ਕਾਲਾ, ਚਲ ਮੈਨੂੰ ਵਧੀਆ ਲੱਗਦਾ, ਹੈਨਾ? ਲੋਕ ਇਹ ਚੀਜ਼ ਨੂੰ ਪਸੰਦ ਹੀ ਨਹੀਂ ਕਰਦੇ, ਕੱਪੜੇ ਨੂੰ ਤਾਂ ਬਲੈਕ ਰੰਗ ਨੂੰ ਤਾਂ ਇੰਨਾ ਜ਼ਿਆਦਾ ਪਸੰਦ ਕਰਦੇ, ਲੋਕਾਂ ਨੂੰ ਕਿਉਂ ਨਹੀਂ ਪਸੰਦ ਕਰਦੇ? ਕੱਪੜਾ ਹਰੇਕ ਨੂੰ ਬਲੈਕ ਰੰਗ ਹਰੇਕ ਨੂੰ ਪਸੰਦ ਆ, ਅਤੇ ਜਦੋਂ ਬੰਦਾ ਦੇਖ ਲੈਂਦੇ ਇੰਨੀ ਅਲਕਤ ਕਾਹਤੋਂ ਮੰਨਦੇ ਆ, ਅਲਕਤ ਵੀ ਕਰਦੇ, ਸੂਕ ਕਾਹਤੋਂ ਮੰਨਦੇ ਵੀ ਰੰਗ ਕਾਲਾ ਗਾ, ਹੋਇਆ ਤਾਂ ਨਹੀਂ, ਲਗਾਇਆ ਤਾਂ ਦਿੰਦੇ ਆ ਪਰ ਲੱਗਦਾ ਗਾ, ਦੇਖ ਕੇ ਐਂ ਝਾਕਣਗੇ ਪੈਰਾਂ ਤੋਂ ਸਿਰ ਤੋਂ ਲੈ ਕੇ, ਵੀ ਕੰਧ ਕਿੰਨਾ ਰੰਗ ਕਾਲਾ, ਜੇ ਮੈਂ ਡਾਰਕ ਕਲਰ ਵੀ ਪਾ ਲੈਣਾ ਮੈਨੂੰ ਕਹਿਣਗੇ ਹਾਂ ਤਾਂ ਡਾਰਕ ਰੰਗ ਪਾ ਲਿਆ, ਤੂੰ ਇਹ ਨਾ ਪਾਇਆ ਕਰ, ਫਿੱਕੇ ਜਿਹਾ ਰੰਗ ਪਾਇਆ ਕਰ, ਫਿੱਕੇ ਰੰਗ ਸੋਹਣੇ ਲੱਗਦੇ ਤੇਰੇ। ਅੱਛਾ, ਇੱਦਾਂ ਕਹਿੰਦੇ? ਫਿਰ ਮੈਂ ਕੱਪੜੇ, ਹੁਣ ਮੈਂ ਕੂੜਾ ਰੰਗ ਪਾਉਂਦੀ ਨਹੀਂ ਜ਼ਿਆਦਾ, ਹਾਂ ਮੈਨੂੰ ਕਹਿੰਦੇ ਜੇ ਤੂੰ ਕਾਲਾ ਸੂਟ ਪਾਤਾ ਨਾ ਅਤੇ ਹਨੇਰੇ 'ਚ ਛੱਡਤਾ ਤਾਂ ਦਿਸਣੀ ਨਹੀਂ, ਕੱਲ੍ਹ ਦੰਦ ਹੀ ਦਿਸਣੇ, ਅੱਖਾਂ ਦਿਸਣੇ। ਅੱਛਾ, ਬੁਰਾ ਲੱਗਦਾ ਗਾ, ਲੋਕਾਂ ਦੇ ਭਾਰੀ ਮਜ਼ਾਕ ਹੁੰਦਾ, ਗੱਲ ਦਿਲ ਤੇ ਲੱਗਦੀ ਆ। ਪਹਿਲਾਂ ਕਹਿ ਦਿੰਦੇ ਸੀ ਵੀ ਇਹ ਇੰਨੀ ਕਾਲੀ ਆ, ਵੀ ਤੁਸੀਂ ਮਤਲਬ ਇਹ ਇੰਨੀ ਕਾਲੀ ਕਿਉਂ ਆ, ਵੀ ਮਤਲਬ ਤੁਹਾਡਾ ਸਾਰਿਆਂ ਦਾ ਰੰਗ ਠੀਕ ਆ ਪਰ ਇਹਦਾ ਰੰਗ ਇੰਨਾ ਕਾਲਾ ਕਿਉਂ ਆ, ਵੀ ਮਤਲਬ ਕੀ ਗੱਲ ਹੋਈ, ਵੀ ਮਤਲਬ ਇੰਨੀ ਕਾਲੀ ਕਿਉਂ ਆ, ਵੀ ਇਹਨੂੰ ਵੀ ਮਤਲਬ ਤੁਸੀਂ ਇਹਨੂੰ ਕੋਈ ਕੁਛ ਕਹਿੰਦਾ ਨਹੀਂ ਵੀ ਕਾਲੀ ਆ, ਵੀ ਇਹਦਾ ਤੁਸੀਂ ਕੁਛ ਲਾ ਦਿਆ ਕਰੋ, ਕਰੀਮਾਂ ਲਾ ਦਿਆ ਕਰੋ, ਇਹਨੂੰ ਕੋਈ ਮੈਡੀਸਨ ਦਵਾ ਦਿਓ, ਹੈ ਨਾ ਐਵੇਂ ਕਹਿੰਦੇ ਸੀ। ਜਦੋਂ ਦਾ ਸ਼ੁਰੂ ਤੋਂ ਬਚਪਨ ਤੋਂ ਹੀ ਰੰਗ ਇੱਦਾਂ ਦਾ, ਹੈ ਨਾ, ਅਤੇ ਫਿਰ ਆਪਾਂ ਕੀ ਕਰ ਸਕਦੇ ਹਾਂ, ਹੈ ਨਾ? ਅਤੇ ਫਿਰ ਇਹਨੂੰ ਐਂ ਕਹਿਣ ਲੱਗ ਗਏ, ਹੁਣ ਜਦੋਂ ਇਹ ਫੇਮਸ ਹੋ ਗਈ, ਹੁਣ ਜਿਹੜਾ ਕਿਹੜਾ ਵੀ ਤੇਰੀ ਰੀਅਲ ਸਿਸਟਰ ਆ ਉਹ, ਸੱਚੀ ਤੇਰੀ ਭੈਣ ਆ ਉਹ, ਐਂ ਆ ਵੋ ਆ, ਸਾਡੀ ਸਟੋਰੀ ਲਵਾ ਦੇ, ਇਹ ਕਰਦੇ ਵੋ ਕਰਦੇ, ਐਵੇਂ ਬੋਲਦੇ। ਪਹਿਲਾਂ ਕਹਿੰਦੇ ਭੈਣ ਨਹੀਂ ਲੱਗਦੀ ਤੇਰੀ? ਨਹੀਂ, ਪਹਿਲਾਂ ਕਹਿੰਦੇ ਸੀਗੇ ਵੀ ਤੁਸੀਂ ਤਾਂ ਲੱਗਦੀਆਂ ਹੀ ਨਹੀਂ ਭੈਣਾਂ ਹੁੰਦੀਆਂ, ਉਹ ਵੀ ਤੇਰਾ ਰੰਗ ਕਿੰਨਾ ਵੀ ਮਤਲਬ ਠੀਕ ਠਾਕ ਜਾਗਾ, ਉਹਦਾ ਵੀ ਮਤਲਬ ਇੰਨਾ ਕਾਲਾ ਗਾ, ਐਂ ਕਹਿ ਦਿੰਦੇ ਸੀਗੇ। ਤੁਸੀਂ ਜਵਾਬ ਨਹੀਂ ਦਿੰਦੇ? ਮੈਂ ਕਹਿ ਦਿੰਦੀ ਸੀ ਵੀ ਜਦੋਂ ਉਹ ਬਚਪਨ ਤੋਂ ਹੀ ਇੱਦਾਂ ਦੀ ਹੈਗੀ, ਹੈ ਨਾ, ਵੀ ਹੁਣ ਮਤਲਬ ਰੱਬ ਨੇ ਜਦੋਂ ਬਣਾਇਆ ਹੀ ਉਹਨੂੰ ਉੱਦਾਂ ਦਾ, ਜਦੋਂ ਉਹਨੂੰ ਉਹ ਆਪਣੇ ਆਪ ਨੂੰ ਪਸੰਦ ਕਰਦੀ ਆ, ਵੀ ਲੋਕਾਂ 'ਚ ਸਾਨੂੰ ਕੋਈ ਉਹ ਨਹੀਂ ਪ੍ਰੋਬਲਮ, ਜੋ ਬੋਕੋ ਕੁਛ ਬੋਲੀ ਆ, ਹੁਣ ਜੋ ਮਰਜ਼ੀ ਬੋਲੀ ਆ, ਹੈ ਨਾ, ਵੀ ਸਾਡੀ ਕੁੜੀ ਆ, ਵੀ ਸਾਨੂੰ ਵਧੀਆ ਲੱਗਦੀ ਆ, ਸਾਡੇ ਨਾਲ ਰਹਿੰਦੀ ਆ। ਹੁਣ ਕਹਿੰਦੇ ਤੁਹਾਡੇ ਨਾਲ ਸ਼ਕਲ ਮਿਲਦੀ ਆ ਜਦੋਂ ਫੇਮਸ? ਹੁਣ ਕਹਿ ਦਿੰਦੇ ਆ ਤੁਸੀਂ ਦੋਨੇ ਇੱਕੋ ਜਿਹੀਆਂ ਲੱਗਦੀਆਂ। ਅੱਛਾ, ਕਹਿ ਦਿੰਦੇ ਆ ਫੇਮਸ ਹੋ ਗਈ, ਕਿੰਨੀ ਤੇਰੀ ਭੈਣ ਕਿੰਨੀ ਫੇਮਸ ਹੋ ਗਈ, ਤੇਰੀ ਭੈਣ ਉਹ ਰੀਅਲ ਸਿਸਟਰ ਆ, ਤੇਰੀ ਚਾਚੇ ਤਾਏ ਦੀ ਕੁੜੀ ਨਹੀਂ, ਜਮਾਂ ਤੁਹਾਡੀਆਂ ਸ਼ਕਲਾਂ ਮੈਚ ਹੁੰਦੀਆਂ, ਇਹ ਆ ਉਹ ਆ। ਮੈਂ ਕਹਿ ਦਿੰਦੀ ਆ ਨਹੀਂ, ਮੇਰੀ ਰੀਅਲ ਸਿਸਟਰ ਹੈਗੀ, ਸੱਚੀ ਰੀਅਲ ਸਿਸਟਰ ਹੈਗੀ। ਐਵੇਂ ਹੁਣ ਮਤਲਬ ਹੈਰਾਨੀ ਨਾਲ ਦੇਖਦੇ ਆ ਲੋਕ, ਵੀ ਪਹਿਲਾਂ ਜਿਵੇਂ ਕਹਿ ਦਿੰਦੇ ਸੀ ਵੀ ਇਹ ਕਾਲਾ ਰੰਗ ਇਹਦਾ ਆਏ ਆ, ਹੈ ਨਾ, ਅਤੇ ਹੁਣ ਮਤਲਬ ਜ਼ਿਆਦਾ ਸਾਰੇ ਜਾਣੇ ਲਾਈਕ ਕਰਦੇ ਆ, ਤਾਂ ਆਸੇ ਪਾਸੇ ਦੇ ਵੀ ਕਹਿ ਦਿੰਦੇ ਆ ਬਹੁਤ ਵਧੀਆ ਕੰਮ ਆ, ਵਧੀਆ ਤੁਹਾਡੀ ਕੁੜੀ ਫੇਮਸ ਹੋ ਗਈ। ਵੀ ਪਹਿਲਾਂ ਨਹੀਂ ਮਤਲਬ ਕਿ ਉਹ ਕਰਦੇ ਸੀਗੇ, ਹੈ ਨਾ, ਪੁੱਛਦੇ ਦੱਸਦੇ ਸੀ, ਐਂ ਕਹਿ ਦਿੰਦੇ ਸੀ ਇੰਨੀ ਕਾਲੀ ਆ, ਇਹ ਆ ਉਹ, ਹੈ ਨਾ। ਅਤੇ ਹੁਣ ਆ ਥੋੜ੍ਹੇ ਦਿਨ ਹੀ ਹੋਇਆ ਮੈਨੂੰ ਕਿਸੇ ਬੁੜੀ ਨੇ ਕਿਹਾ, ਹੈ ਨਾ, ਕਹਿੰਦੀ ਮੈਂ ਤੁਹਾਡੀ ਕੁੜੀ ਦੀ ਵੀਡੀਓ ਦੇਖੀ, ਕਹਿੰਦੇ ਚੁੰਨੀ ਜੀ ਲੈ ਲੈਂਦੀ ਆ, ਪਹਿਲਾਂ ਤਾਂ ਇੰਨੀ ਕਾਲੀ ਹੁੰਦੀ ਆ, ਫਿਰ ਜਦੋਂ ਚੁੰਨੀ ਚੱਕਦੀ ਹੈ ਤਾਂ ਕਹਿੰਦੀ ਇੰਨੀ ਚੁੱਟੀ ਕਿਵੇਂ ਨਿਕਲ ਆਉਂਦੀ ਆ, ਵੀ ਐਂ ਕੀ ਮਤਲਬ ਕੀ ਕਰਦੀ ਆ ਉਹ। ਅਤੇ ਵੀ ਮਤਲਬ ਇਸਦਾ ਮਤਲਬ ਮਜ਼ਾਕ ਹੀ ਉਡਾ ਰਹੀ ਸੀ ਨਾ ਉਹ, ਵੀ ਉਹਨੂੰ ਪਤਾ ਸੀ ਵੀ ਮੇਕਅਪ ਕੀਤਾ ਉਹਦਾ, ਹੈ ਨਾ, ਫਿਰ ਵੀ ਮਜ਼ਾਕ ਉਡਾ ਰਹੀ ਸੀਗੀ ਇਹਦਾ। ਅਤੇ ਤੁਸੀਂ ਜਵਾਬ ਨਹੀਂ ਦਿੱਤਾ? ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਉਹ ਮੇਕਅਪ ਸ਼ੂਟ 'ਤੇ ਗਈ ਸੀ, ਵੀ ਮੇਕਅਪ ਸੀਗਾ ਉਹਦਾ। ਅਤੇ ਕਹਿੰਦੀ ਅੱਛਾ ਠੀਕ ਹੈ, ਹੈਰਾਨੀ ਨਾਲ ਹੱਸਣ ਲੱਗ ਗਈ ਬਾਅਦ 'ਚੋਂ। ਇੱਦਾਂ ਕਰਦੇ ਲੋਕ। ਅਤੇ ਉਹ ਤਾਂ ਮੇਰੇ ਆਂਟੀ ਸੀ, ਮੰਮੀ ਦੇ ਭੈਣ ਆ, ਮਜ਼ਾਕ ਤਾਂ ਕਰਦੇ ਸੀ, ਪਰ ਸੱਚੇ ਮੇਰਾ ਬਾਲਾ ਕਰਦੀ ਆ, ਕਹਿੰਦੀ ਮੇਰੇ ਤੇਰਾ ਬਾਲਾ ਆਉਂਦਾ ਸੱਚੇ, ਪਿਆਰ 'ਚ ਕਰਦੇ? ਹਾਂ, ਪਿਆਰ ਵਾਲਾ ਕਰਦੀ। ਮੈਨੂੰ ਕਹਿੰਦੀ ਤੂੰ ਆਇਆ, ਕਹਿੰਦੀ ਐਂ ਕਰਨੀ ਵੀ ਚੱਲ ਉਹ ਇੰਨਾ ਸੋਹਣਾ ਮੁੰਡਾ, ਕਹਿੰਦੀ ਤਾਂ ਤੂੰ ਵੀ ਉਹਦੇ ਵਰਗੀ ਲੱਗੇ, ਕਹਿੰਦੀ ਨਾਲ ਖੜੀ। ਅੱਛਾ। ਅਤੇ ਉਹਨੇ ਮੈਨੂੰ ਪੇਸਟ ਬਣਾ ਕੇ ਦਿੱਤਾ, ਕਹਿੰਦੀ 2 ਦਿਨ ਲਾਇਆ ਮੈਂ, ਬਾਅਦ 'ਚ ਮੇਰੇ ਕੋਲ ਟਾਈਮ ਨਹੀਂ ਹੁੰਦਾ, ਹੈ ਨਾ, ਹੁਣ ਇੰਨਾ, ਅਤੇ ਮੈਂ ਸ਼ੂਟ ਵਗੈਰਾ 'ਤੇ ਜਾਣ ਲੱਗ ਗਈ। ਮੈਨੂੰ ਕਹਿੰਦੀ ਤੂੰ ਮੇਰੇ ਕੋਲ ਆਉਂਦੀ ਨਹੀਂ, ਕਹਿੰਦੀ ਮੈਂ ਸੋਚ ਤੇਰਾ 15 ਦਿਨਾਂ 'ਚ ਰੰਗ ਸਾਫ਼ ਕਰਤਾ, ਕਹਿੰਦੀ ਮੁੰਡਾ ਤਾਂ ਇੰਨਾ ਸੋਹਣਾ, ਕਹਿੰਦੀ ਤੂੰ ਵੀ ਭੋਰਾ ਸੋਹਣੀ ਨਿਕਲਦਾ।
ਉਹਨਾਂ ਦਾ ਬੁਰਾ ਨਹੀਂ ਲੱਗਦਾ? ਨਹੀਂ ਉਹਦਾ ਨਹੀਂ ਬੁਰਾ ਲੱਗਦਾ, ਉਹ ਤਾਂ ਮੇਰੀ ਕੇਅਰ ਕਰਦੀ ਆ, ਪਿਆਰ ਕਰਦੀ ਬਹੁਤ ਜ਼ਿਆਦਾ ਕਰਦੀ ਆਂਟੀ ਮੇਰੇ। ਅਤੇ ਮੇਰੀ ਇੰਗੇਜਮੈਂਟ ਹੋ ਗਈ ਅਤੇ ਮੈਂ ਉਹਨਾਂ ਨਾਲ ਵੀਡੀਓ ਪਾਉਣ ਲੱਗ ਗਈ, ਹੈ ਨਾ। ਪਹਿਲੀ ਵੀਡੀਓ ਪਾਈ ਸੀਗੀ ਅਸੀਂ, ਵੈਸੇ ਫੋਟੋ ਟੱਚ ਕਰਕੇ ਉਹਨਾਂ ਨੇ ਮੈਨੂੰ ਸੌਂਗ ਲੱਗ ਕੇ ਭੇਜਤੀ ਅਤੇ ਮੈਂ ਉੱਦਾਂ ਹੀ ਚੈੱਕ ਕੇ ਪਾਤੀ, ਹੈ ਨਾ। ਅਤੇ ਉਹ ਵੀਡੀਓ ਮੇਰੀ ਸ਼ਾਮ ਤੱਕ ਮਿਲਣ ਤੋਂ ਜਾਵੜੀ ਅਤੇ ਮੈਨੂੰ ਸਾਰੇ ਕਹਿਣ ਲੱਗ ਗਏ ਵੀ ਹੈ ਨਾ ਤੁਸੀਂ ਵਿਆਹ ਕਰਾ ਲਓ, ਪਤਾ ਨਹੀਂ ਮੁੰਡਾ ਇੰਨਾ ਸੋਹਣਾ ਤੈਨੂੰ ਛੱਡ ਨਾ ਜਾਵੇ, ਫੇਮ ਤਾਂ ਮਾਰਾ ਫਿਰਦਾ ਤੇਰੇ ਪਿੱਛੇ। ਅੱਛਾ, ਮੈਨੂੰ ਸਾਰੇ ਕਹਿੰਦੇ ਕਮੈਂਟਾਂ 'ਚ ਕਹਿੰਦੇ ਤੂੰ ਇੰਨੀ ਸੋਹਣ ਵੀ ਮਤਲਬ ਇੰਨੀ ਕਾਲੀ ਆ, ਮੁੰਡਾ ਇੰਨਾ ਸੋਹਣਾ ਗਾ, ਤੈਨੂੰ ਕਿੱਥੋਂ ਮਿਲਿਆ ਗਾ, ਹੈ ਨਾ। ਜਾਂ ਕੋਈ ਮੈਂ ਕੁਛ ਵੀ ਬਾਹਲਾ ਕੁਛ ਬੋਲਦੇ ਆ ਕਮੈਂਟਾਂ 'ਚ ਕਹਾਣਗੇ ਤਾਂ ਐਂ ਲੱਗਦਾ ਜਿਵੇਂ ਖਾਂਡਲ ਨੂੰ ਕੀੜਾ ਲੱਗਿਆ ਹੁੰਦਾ। ਅੱਛਾ, ਕਈ ਸਾਨੂੰ ਬਾਹਲੀ ਸਪੋਰਟ ਕਰਦੇ, ਕਈ ਸਾਡੀ ਜੋੜੀ ਵਧੀਆ ਸਮਝਦੇ ਆ, ਕੱਪਲ ਵੀਡੀਓ ਵਧੀਆ ਸਮਝਦੇ ਆ, ਕਈ ਸਾਡੇ 'ਤੇ ਲੱਗਦੇ ਵੀ ਕਹਿੰਦੇ ਵੀ ਮੁੰਡਾ ਤਾਂ ਇੰਨਾ ਸੋਹਣਾ ਅਤੇ ਆਏ ਹੈਗਾ। ਇੱਕ ਹੋਰ ਦੱਸਦੇ ਵੀ ਕਹਿੰਦੇ ਸੀ, ਕਹਿੰਦੇ ਕਾਲੀ ਜੀ ਦਾ ਵੀ ਹੈਗਾ ਕੁਛ ਇੱਦਾਂ? ਹਾਂ, ਮੈਂ ਇੱਕ ਵਾਰ ਪਹਿਲੀ ਫਸਟ ਵੀਡੀਓ ਪਾਈ ਸੀ ਨਾ, ਕਹਿੰਦੇ ਲਾ ਆ ਕਾਲੀ ਜੀ ਦਾ ਵੀ BF ਹੈਗਾ, ਕਹਿੰਦਾ ਸਾਡੇ ਵਰਗੇ ਤਾਂ ਜੁੜਤੀ ਵੀ ਨਹੀਂ, ਸਾਨੂੰ ਤਾਂ ਜੁੜਤੀ ਵੀ ਨਹੀਂ। ਕਹਿੰਦੇ ਅਸੀਂ ਇੰਨੀਆਂ ਸੋਹਣੀਆਂ ਕੁੜੀਆਂ ਨੇ ਕਰਤੇ ਸੀ ਕਮੈਂਟ, ਕਹਿੰਦੇ ਅਸੀਂ ਤਾਂ ਇੰਨੀਆਂ ਸੋਹਣੀਆਂ, ਸਾਨੂੰ ਤਾਂ ਵੀ ਨਹੀਂ ਜੁੜਦਾ। ਕਹਿੰਦੇ ਕੁੜੀਆਂ ਵੀ ਕਮੈਂਟ ਕਰਦੀਆਂ? ਕੁੜੀਆਂ ਵੀ ਬਹੁਤ ਕਰਦੀਆਂ, ਉਹਨਾਂ ਨੂੰ ਕਹਿੰਦੇ ਆ ਬਸ ਤੈਨੂੰ ਕਾਲੀ ਜੀ 'ਚ ਕੀ ਲੱਗਿਆ ਦਿਸਿਆ, ਹੈ ਨਾ, ਵੀ ਤੁਹਾਨੂੰ ਕੀ ਮਜ਼ਬੂਰੀ ਸੀ ਕਿ ਕਮੈਂਟ ਮੈਸੇਜ ਵਾਧੂ ਆਏ ਆ, ਵੀਰੇ ਤੇਰੀ ਕੀ ਮਜ਼ਬੂਰੀ ਸੀ, ਤੂੰ ਉਹਨੂੰ ਛੱਡ ਦੇ ਮੇਰੇ ਨਾਲ ਗੱਲ ਕਰ ਲਾ, ਐਵੇਂ ਕਰਕੇ ਉਹਨੂੰ ਬਹੁਤ ਕਮੈਂਟ ਕਰਦੇ ਆ। ਉਹਨੂੰ ਐਂ ਕਹਿਣਗੇ ਜਾਂ ਤੂੰ ਫੇਮਸ ਪਿੱਛੇ ਆ, ਇਹਦੇ ਪਿੱਛੇ ਉਦੋਂ ਮੇਰਾ ਕੋਈ ਫੇਮ ਹੈ ਨਹੀਂ ਸੀਗਾ। ਫਿਰ ਉਹ ਮੈਨੂੰ ਇੰਨੀ ਜ਼ਿਆਦਾ ਸਪੋਰਟ ਕਰਦੇ ਆ ਕਿ ਕਹਿ ਦਿੰਦੇ ਵੀ ਤੂੰ ਕਮੈਂਟ ਪੜ੍ਹੇ ਨਾ ਕਰ, ਇਗਨੋਰ ਮਾਰਿਆ ਕਰ, ਤੁਸੀਂ ਕਰਦੇ ਹੋ, ਕਹਿੰਦਾ ਰਹਿਣਾ ਤੇਰੇ ਨਾਲ ਮੈਂ ਆ, ਕਹਿੰਦਾ ਲੋਕਾਂ ਨੇ ਥੋੜ੍ਹੀ ਰਹਿਣਾ, ਉਹ ਵੀ ਬਥੇਰੇ ਲੋਕਾਂ ਨਾਲ ਲੜ ਪੈਂਦੇ, ਕਹਿੰਦੇ ਵੀ ਹੈ ਨਾ ਵੀ ਉਹਦੇ ਨਾਲ ਮੈਂ ਰਹਿਣਾ ਤੁਹਾਨੂੰ ਕੀ ਦਿੱਕਤ ਆ, ਕਹਿੰਦਾ ਮੈਨੂੰ ਪਸੰਦ ਆ। ਫਿਰ ਮੈਂ ਉਹਨੂੰ ਪੁੱਛ ਲੈਂਦੀ, ਮੈਂ ਕਦੇ ਕਦੇ ਆਪ ਹੀ ਕਹਿ ਦਿੰਦੀ ਹਾਂ ਵੀ ਮੈਂ ਇੰਨੀ ਕਾਲੀ ਹਾਂ ਤੈਨੂੰ ਪਸੰਦ ਆ ਨਾ, ਕਹੂਗਾ ਤੂੰ ਮੇਰੀਆਂ ਅੱਖਾਂ ਨੂੰ ਦੇਖ ਲਾ, ਕਹੂਗਾ ਤੂੰ ਲੋਕਾਂ ਨੂੰ ਨਾ ਸੁਣਿਆ ਕਰ, ਕਹਿੰਦਾ ਤੂੰ ਲੋਕਾਂ ਗੁਣਾ ਵੀ ਸੋਚ ਰੱਖਿਆ ਕਰ, ਕਹਿੰਦਾ ਕਹਿੰਦਾ ਲੋਕ ਤਾਂ ਹੁਣ ਬੋਲਦੇ ਰਹਿੰਦੇ ਆ, ਕਹਿੰਦਾ ਕਿਸੇ ਨੇ ਉਹ ਨਹੀਂ ਕਰਨਾ, ਕਹਿੰਦਾ ਕਹਿੰਦਾ ਲੋਕ ਡਰਦੇ ਹੀ ਨਹੀਂ, ਕਹਿੰਦਾ ਸੋਹਣੇ ਤਾਂ ਸੋਹਣੀਆਂ ਬਥੇਰੀਆਂ ਪਈਆਂ, ਕਹਿੰਦਾ ਮੈਨੂੰ ਆਏ, ਕਹਿੰਦਾ ਤੇਰਾ ਦਿਲ ਸਾਫ਼ ਆ, ਕਹਿੰਦਾ ਮੈਂ ਤੇਰੀ ਤੂੰ ਮੇਰੀ ਰਿਸਪੈਕਟ ਕਰਦੀ ਹਾਂ, ਕਹਿੰਦਾ ਮੈਂ ਤੇਰਾ ਰੰਗ ਰੂਪ ਨਹੀਂ ਵੇਖਦਾ। ਹੁਣ ਤਾਂ ਮੈਂ ਪ੍ਰਮੋਸ਼ਨਾਂ ਨੂੰ ਜੋ ਵੀ ਪੈਸੇ ਆਉਂਦੇ ਆ ਨਾ, ਪਤਾ ਆਪਣਾ ਪਹਿਲਾਂ ਤਾਂ ਇੰਨਾ ਨਹੀਂ ਹੁੰਦਾ ਸੀ, ਹੁਣ ਖਰਚਾ ਪਾਣੀ ਵਧਿਆ, ਐਸ਼ ਆਰਾਮ ਨਾਲ ਵਧਿਆ ਹੋ ਜਾਂਦਾ। ਹੁਣ ਮੈਂ ਪ੍ਰਮੋਸ਼ਨ ਕਰਦੀ ਹਾਂ, ਹੈ ਨਾ, ਤੇ ਲੋਕ ਮੈਨੂੰ ਇਹਦੇ ਬਾਰੇ ਵੀ ਕਹਿੰਦੇ ਵੀ ਤੂੰ ਫਰੋਡ ਕੰਮ ਕਰਦੀ ਆ, ਹੁਣ ਮੈਂ ਤਾਂ ਆਪਦਾ ਢਿੱਡ ਪਾਲਣੀ, ਘਰਦਿਆਂ ਨੂੰ ਪਾਲਣਾ ਹੀ, ਹੈ ਨਾ। ਮੈਨੂੰ ਆਇਆ ਵੀ ਚੱਲ ਹੈ ਨਾ ਪ੍ਰਮੋਸ਼ਨ ਕਰਕੇ ਚੱਲ ਦਿੰਦੇ ਵੀ ਪੈਸੇ ਆਉਂਦੇ, ਮੈਂ ਘਰ ਤਾਂ ਥੋੜ੍ਹਾ ਜਿਹਾ ਘਰ ਸੈੱਟ ਕਰ ਲਾ, ਹੈ ਨਾ, ਛੱਤਾਂ ਤੋਂ ਵੀ ਸੀਮੈਂਟ ਡਿੱਗ ਪੈਂਦਾ, ਕਈ ਵਾਰ ਰੋਟੀ ਬਣਾਉਂਦੇ ਸੀਮੈਂਟ ਆਟੇ 'ਚ ਵੀ ਪੈ ਜਾਂਦਾ, ਛੱਤਾਂ ਤੋਂ ਬਾਅਦ ਜਦੋਂ ਮੀਂਹ ਆਉਂਦਾ ਛੱਤਾਂ 'ਚ ਆਉਣ ਲੱਗ ਜਾਂਦੀਆਂ। ਹੁਣ ਵੀ ਹਾਂਜੀ ਮੈਨੂੰ ਆਇਆ ਚਲੋ ਥੋੜ੍ਹੇ ਜਿਹਾ ਪੈਸੇ ਆ ਜਾਣ, ਮੈਂ ਘਰ ਦੀਆਂ ਛੱਤਾਂ ਉਹ ਕਰਾ ਦਾ, ਰੀਪੇਅਰ ਕਰਤਾ, ਕਲਰ ਕਰਵਾ ਲਾ ਵੀ ਆਉਣ ਜਾਣ ਵਾਲੇ ਨੂੰ ਵਧੀਆ ਲੱਗੇ, ਹੈ ਨਾ। ਮਾੜਾ ਘਰ ਤਾਂ ਸਰਕਲ ਤਾਂ ਸੈੱਟ ਕਰ ਲਾ ਮੈਂ, ਹੁਣ ਤਾਂ ਆਪਣਾ ਘਰ ਪ੍ਰਮੋਸ਼ਨ ਵਧੀਆ ਹੋ ਜਾਂਦੀ ਆ, ਖਾਣਾ ਪਾਣ ਖਾਣੇ ਪਾਣੀ ਵਧੀਆ ਚੱਲੀ ਜਾਂਦਾ ਆਪਣਾ। ਤੁਸੀਂ ਕਹਿੰਦੇ ਵੀ ਤੁਸੀਂ ਪੰਜ ਭੈਣਾਂ, ਹੈ ਨਾ, ਅਤੇ ਤੁਹਾਡੇ ਫਾਦਰ ਸਾਹਿਬ ਨੇ ਕਦੀ ਤੁਹਾਨੂੰ ਧੀਆਂ ਨਹੀਂ ਮੰਨਿਆ? ਨਹੀਂ, ਮੇਰਾ ਡੈਡੀ ਮੈਨੂੰ ਸਾਨੂੰ ਪੁੱਤ ਸਮਝਦੇ ਆ, ਡੈਡੀ ਮੈਨੂੰ ਹੁਣ ਕਹਿ ਦਿੰਦੇ ਆ, ਕਹਿੰਦਾ ਪੁੱਤ ਮੈਂ ਤਾਂ ਬਾਹਲਾ ਮਾਣ ਆ, ਕਹਿੰਦਾ ਮੇਰੀ ਇੱਜ਼ਤ ਖਰਾਬ ਨਾ ਕਰ, ਮੈਂ ਕਿਹਾ ਡੈਡੀ ਇੱਜ਼ਤ ਖਰਾਬ ਕਰਨ ਵਾਲੀ ਕੋਈ ਗੱਲ ਨਹੀਂ, ਮੈਂ ਕਿਹਾ ਜੋ ਗੱਲ ਆ ਨਾ ਮੈਂ ਤੁਹਾਡੇ ਸਾਹਮਣੇ ਰੱਖ ਚੁੱਕੇ, ਹੈ ਨਾ, ਅਤੇ ਮੈਂ ਕਿਹਾ ਹੋਰ ਮੈਂ ਤੇਰੀ ਬੇਇੱਜ਼ਤੀ ਨਹੀਂ ਕਰਾਉਣੀ, ਡੈਡੀ ਨੂੰ ਕਿਹਾ ਮੈਂ ਕਿਹਾ ਨਾ ਮੈਂ ਸ਼ਾਰਟ ਕੱਪੜਿਆਂ 'ਤੇ ਵੀਡੀਓ ਪਾਉਣੀ ਨਾ ਮੈਂ ਉੱਦਾਂ, ਹੈ ਨਾ, ਮੈਂ ਪੰਜਾਬੀ ਸੂਟ 'ਤੇ ਵੀਡੀਓ ਪਾਉਂਦੀ ਹਾਂ, ਮੈਂ ਕਿਹਾ ਡੈਡੀ ਮੈਂ ਤੁਹਾਡੀ ਇੱਜ਼ਤ ਕਹਿੰਦਾ ਨਹੀਂ ਖਰਾਬ ਕਰਦੀ, ਮੈਂ ਕਿਹਾ ਬਸ ਤੁਸੀਂ ਮੈਨੂੰ ਸਪੋਰਟ ਕਰਿਆ ਕਰੋ, ਬਾਹਰ ਅੰਦਰ ਜਾਣਾ ਤੁਹਾਡੇ ਮੈਨੂੰ ਸਪੋਰਟ ਕਰਿਆ ਕਰੋ, ਮੈਂ ਕਿਹਾ ਬਾਕੀ ਤੁਹਾਡੇ ਗਰੀਬੀ ਗਰੀਬੀ ਮੈਂ ਆਪੇ ਚੱਕ ਦੂੰ। ਹਾਂਜੀ। ਅੱਛਾ, ਤੁਸੀਂ ਕਹਿੰਦੇ ਸੂਟ ਵਧੀਆ ਲੱਗਦੇ? ਹਾਂਜੀ, ਸੂਟ 'ਚ ਤਾਂ ਮੇਰੀ ਟਾਇਰ ਹੈ ਜੀ, ਨਹੀਂ ਪਾਉਂਦੇ? ਨਹੀਂ, ਮੈਨੂੰ ਪਸੰਦ ਹੀ ਨਹੀਂ ਜੀ। ਹਾਂ, ਕਦੀ ਪਾਈ ਵੀ ਨਹੀਂ? ਨਹੀਂ ਜੀ, ਇੱਕ ਵਾਰੀ ਫੋਟੋ ਕਰੀ ਸੀ ਵੀਰੇ ਦੀ, ਪੈਂਟ ਹੀ ਪਾਈ ਸੀ ਇਹਦੀ ਛੋਟੇ ਦੀ। ਅੱਛਾ, ਇੱਕ ਵਾਰ ਫੋਟੋ ਕੀਤੀ ਸੀ, ਵੈਸੇ ਮੈਂ ਦੇਖਦੀ ਸੀ ਕਿੱਦਾਂ ਲੱਗਦੀ ਆ, ਸੋਹਣੀ ਲੱਗਦੀ ਆ, ਬਟ ਮੈਂ ਸੂਟ 'ਚ ਜ਼ਿਆਦਾ ਸੋਹਣੀ ਲੱਗਦੀ ਹਾਂ। ਹੁਣ ਲੁਧਿਆਣੇ ਵਾਲੀ ਤੀਤੀ ਵੀ ਹੈਗੇ, ਉਹ ਮੇਰੇ ਬਹੁਤ ਕਰਦੇ ਆ, ਉਹ ਮੇਰੇ ਸੂਟ ਸਟਿਚ ਕਰਕੇ ਭੇਜ ਦਿੰਦੇ ਆ ਨਾ, ਉਹ ਮੈਨੂੰ ਕਹਿੰਦੇ ਡਰੈਸਿੰਗ ਸੈਂਸ ਚੇਂਜ ਕਰ, ਲੋਕ ਕਹਿ ਦਿੰਦੇ ਆ, ਪਰ ਉਹਨਾਂ ਨੇ ਮੈਨੂੰ ਮਾੜਾ ਜਿਹਾ ਕਿਹਾ ਸੀਗਾ, ਮੈਂ ਕਿਹਾ ਨਹੀਂ ਦੀਦੀ ਮੈਂ ਸੂਟ 'ਚ ਸੋਹਣੇ ਲਾਤੇ, ਮੈਂ ਸੂਟ ਹੀ ਪਾਉਣੇ ਆ। ਹੁਣ ਮੈਨੂੰ ਸਾਰੇ ਕਹਿੰਦੇ ਤੇਰਾ ਲੈਵਲ ਹਾਈ ਲੈਵਲ ਹੋ ਗਿਆ, ਤੂੰ ਪਹਿਲਾਂ ਵਾਲੀ ਨਹੀਂ ਰਹੀ, ਤੂੰ ਸਟਾਰ ਆ, ਅਤੇ ਜਦੋਂ ਤੂੰ ਵੱਡੇ ਬੰਦਿਆਂ ਨੇ ਮਿਲਣ ਕੀਤੇ ਉਹ ਤੁਹਾਨੂੰ ਕਹਿਣਗੇ ਸ਼ੂਟ ਕਰਨਾ, ਅਤੇ ਕਹਿੰਦੇ ਤੂੰ ਉਹਨੂੰ ਮਨਾ ਕਰਦੇ ਮੈਂ ਆਹ ਨਹੀਂ ਪਾਉਣਾਗਾ, ਮੈਂ ਕਿਹਾ ਉਹ ਜਾਂਦਾ ਜਾਵੇ, ਪਰ ਮੈਂ ਤਾਂ ਡਰੈਸਿੰਗ ਸੈਂਸ ਨਹੀਂ ਚੇਂਜ ਕਰਦੀ, ਸੂਟ ਹੀ ਰੱਖਣੇ ਆ, ਇੱਜ਼ਤ ਆਪਦੇ ਹੱਥ ਹੀ ਆ, ਕੀ ਫਾਇਦਾ ਕੀ ਆ ਨੰਗ ਪਾਉਣਾ ਦਿਖਾ ਕੇ, ਕੋਈ ਫਾਇਦਾ ਨਹੀਂ।
ਸੂਟ ਚ ਕੁੜੀ ਜ਼ਿਆਦਾ ਸੋਹਣੀ ਲੱਗਦੀ ਆ। ਅਸੀਂ ਸੋਚਿਆ ਸੀ ਭੱਟੀ ਦੀ ਤਾਂ ਸ਼ਗਨ ਪਾ ਦੇਈਏ ਹਨਾ, ਤੇ ਉਹਨੂੰ ਦੇਖਣ ਗਏ ਸੀ, ਅਸੀਂ ਸੋਚਿਆ ਸ਼ਗਨ ਪਾ ਦੇਈਏ ਹਨਾ, ਉਹਦਾ ਵਿਆਹ ਕਰਾਂਗੇ ਵਧੀਆ ਕਰਾਂਗੇ। ਡੈਡੀ ਨੂੰ ਕਹਿੰਦੇ ਵੀ ਤੂੰ ਇੱਕ ਦਾ ਵਿਆਹ ਕਰ ਦੇਗਾ, ਦੂਜੀਆਂ ਦਾ ਕਿਵੇਂ ਕਰੇਗਾ, ਸਮਾਨ ਸਮੂਨ ਦੇਣਾ ਪਊਗਾ। ਫਿਰ ਕਹਿੰਦੇ ਚੁੰਨੀ ਚੜਾਵਾ ਕਰਕੇ ਤੋਰਦੇ ਖਰਚੇ ਨਾਲ ਤਾਂ ਵਧੀਆ। ਡੈਡੀ ਤੋਂ ਸੋਚਦੇ ਸੀ ਕਹਿੰਦੇ ਮੈਂ ਵਿਆਹ ਕਰਨਾ, ਫਿਰ ਡੈਡੀ ਵਰਗੇ ਭੂਆ ਵਰਗਿਆਂ ਦੀ ਜ਼ਿਆਦਾ ਸਲਾਹ ਲੈਂਦੇ ਆ, ਭੂਆ ਵਰਗੇ ਕਹਿੰਦੇ ਵੀ ਹਨਾ ਇੰਨੀਆਂ ਕੁੜੀਆਂ ਗਾ, ਕਹਿੰਦੇ ਕਿਹੜਾ ਕਿਹਦਾ ਵਿਆਹ ਕਰੇਗਾ, ਕਿ ਉਹਨੂੰ ਕੋਈ ਸਮਾਨ ਦੇਵੇਗਾ। ਅੱਛਾ ਹਾਂਜੀ, ਇੱਦਾਂ ਕਰਕੇ ਫਿਰ ਉਹ ਭੈਣ ਦਾ ਵਿਆਹ ਕਰਤਾ, ਚੁੰਨੀ ਚੜਾਵੇ ਕਰਤਾ। ਚੁੰਨੀ ਚੜਾਵਾ ਜਦੋਂ ਮੇਰਾ ਜਨਮ ਹੋਇਆ ਉਦੋਂ ਤਾਂ ਵੀ ਮਤਲਬ ਵਧੀਆ ਚੱਲ ਰਿਹਾ ਸੀ ਸਭ ਕੁਛ, ਠੀਕ ਹੈ। ਅਤੇ ਇਸ ਤੋਂ ਬਾਅਦ ਮੇਰੀ ਛੋਟੀ ਭੈਣ ਹੋਈ ਹੈ ਨਾ, ਇਸ ਤੋਂ ਬਾਅਦ ਇੱਕ ਹੋਰ ਛੋਟੀ ਹੋਈ, ਫਿਰ ਕਹਿਣ ਲੱਗ ਗਏ ਵੀ ਕੁੜੀਆਂ ਬਾਹਲੀਆਂ ਨੇ ਹੈ ਨਾ, ਵੀ ਪਹਿਲਾਂ ਕੁੜੀ ਹੋ ਗਈ, ਫਿਰ ਕੁੜੀ ਹੋ ਗਈ, ਹੁਣ ਫਿਰ ਕੁੜੀ ਹੋ ਗਈ। ਅਤੇ ਫਿਰ ਉਹ ਫਿਰ ਮੇਰੇ ਨਾਨਕਿਆਂ ਨੇ ਲੈ ਲਈ, ਅਡੋਪਟ ਕਰ ਲਈ ਸੀ ਉਹਨਾਂ ਨੇ ਹੈ ਨਾ, ਉਹ ਲੈ ਕੇ। ਫਿਰ ਇਸ ਤੋਂ ਬਾਅਦ ਸੋਨੂੰ ਹੋਈ, ਸੋਨੂੰ ਤੋਂ ਬਾਅਦ ਫਿਰ ਮੇਰੀ ਆ ਛੋਟੀ ਭੈਣ ਹੋਈ, ਠੀਕ ਹੈ। ਫਿਰ ਇਸ ਤੋਂ ਬਾਅਦ ਮੁੰਡਾ ਹੋਇਆ ਸੀਗਾ। ਅੱਛਾ ਹਾਂਜੀ, ਅਤੇ ਵੀ ਮਤਲਬ ਡੈਡੀ ਨੇ ਅਤੇ ਮੰਮੀ ਨੇ ਕਦੇ ਵੀ ਨਹੀਂ ਐਂ ਸੋਚਿਆ ਵੀ ਇੰਨੀਆਂ ਕੁੜੀਆਂ ਗਾ, ਪਰ ਲੋਕ ਐਂ ਲੋਕਾਂ ਨੂੰ ਐਂ ਲੱਗਦਾ ਵੀ ਅਸੀਂ ਬਾਹਲੇ ਜ਼ਿਆਦਾ ਗੇ, ਅਸੀਂ ਬਹੁਤ ਜ਼ਿਆਦਾ ਕੁੜੀਆਂ ਨੇ ਹੈ ਨਾ, ਐਂ ਲੱਗਦਾ ਇਹਨਾਂ ਨੂੰ ਵਿਚਾਰ। ਨਹੀਂ ਸਾਨੂੰ ਕਦੇ ਫੀਲ ਨਹੀਂ ਹੋਇਆ, ਕਿਉਂਕਿ ਅਸੀਂ ਵੀ ਮਤਲਬ ਆਪਦੇ ਆਪ ਨੂੰ ਆਪਦਾ ਖਰਚਾ ਖੁਦ ਕਰਦੇ ਹਾਂ, ਜਿੰਨਾ ਟਾਈਮ ਡੈਡੀ ਨੇ ਕੀਤਾ ਕੀਤਾ ਸਾਡਾ ਹੈ ਨਾ, ਅਤੇ ਵੀ ਸਾਨੂੰ ਪਾਲਿਆ ਪੋਸਿਆ ਪੜ੍ਹਾਇਆ ਲਿਖਾਇਆ ਵਧੀਆ। ਚਲੋ ਫਿਰ ਇਸ ਤੋਂ ਬਾਅਦ ਜਦੋਂ ਅਸੀਂ ਮਤਲਬ ਕਿ ਥੋੜ੍ਹੇ ਜਿਹੇ ਸਮਝਦਾਰ ਹੋ ਗਏ, ਫਿਰ ਅਸੀਂ ਆਪਦਾ ਖਰਚਾ ਖੁਦ ਕਰਨ ਲੱਗ ਗਏ। ਪੰਜ ਧੀਆਂ ਹੈ ਨਾ, ਛੇ, ਅਤੇ ਕਦੀ ਮਹਿਸੂਸ ਹੋਇਆ ਵੀ ਮੇਰੇ ਇੰਨੀਆਂ ਧੀਆਂ ਨੇ? ਸਾਨੂੰ ਤਾਂ ਪੁੱਤਾਂ ਵਾਂਗੂ ਲੱਗਦਾ, ਪੁੱਤਾਂ ਵਾਂਗੂ ਲੱਗਦੀਆਂ। ਜਦੋਂ ਤਾਂ ਸਾਨੂੰ ਸਾਰਾ ਦੇਣ ਲੱਗੇ ਸਾਨੂੰ ਉਦੋਂ ਤਾਂ ਬੜਾ ਹੌਸਲਾ ਸਮਾਨਾ। ਅੱਛਾ, ਪਹਿਲਾਂ ਕਦੀ ਆਇਆ ਮਨ 'ਚ? ਨਹੀਂ ਨਹੀਂ। ਅੱਛਾ ਸੀਗਾ ਕਿ ਪੁੱਤ ਵੀ ਹੋਵੇ? ਧੀਆਂ ਸਾਨੂੰ ਫਿਰ ਬਜ਼ੁਰਗਾਂ ਦਾ ਸਾਨੂੰ ਪਤਾ ਹੀ ਆ ਕਿ ਉਹਨਾਂ ਨੂੰ ਹੁੰਦਾ ਸੀਗਾ। ਮੈਂ ਪਹਿਲਾਂ ਤਿੰਨ ਕੁੜੀਆਂ ਤੋਂ ਓਪਰੇਸ਼ਨ ਕਰਵਾਉਂਦੀ ਸੀਗੀ ਕਿ ਹੋਰ ਨਹੀਂ ਚਾਹੀਦਾ ਬੱਚਾ। ਹਾਂ, ਅਤੇ ਉਹ ਮੁੜ ਕੇ ਸਾਡੇ ਵੀ ਬਜ਼ੁਰਗ ਮੰਨੇ ਨੀਗੇ, ਕਹਿੰਦੇ ਵੀ ਅਸੀਂ ਮੁੰਡਾ ਲੈਣਾ ਹੀ ਲੈਣਾ ਹੈਗਾ। ਅੱਛਾ, ਫਿਰ ਅਸੀਂ ਆਖਿਆ ਚੱਲ ਕੋਈ ਨਹੀਂ, ਇਹ ਵਿਚਾਰੀਆਂ ਹੁਣ ਕਿੱਧਰ ਜਾਣਾ, ਉਹਦਾ ਕਰਮ ਲਿਖਾ ਕੇ ਲਿਆਉਣਾ। ਉੱਦਾਂ ਪਿਆਰ ਕਰਦੇ ਸੀ ਦਾਦਾ ਦਾਦੀ ਬੱਚਿਆਂ ਨੂੰ ਸਾਰਿਆਂ ਨੂੰ, ਉਹਨਾਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਸੀਗਾ? ਅੱਛਾ, ਅਤੇ ਇਹ ਸਾਰੀਆਂ ਨੂੰ ਜਿੱਦਾਂ ਇਹ ਤਾਂ ਦਾਦੀ ਕੋਲ ਹੀ ਰਹਿੰਦੇ ਸੀਗੇ, ਅਤੇ ਪੰਜਾਂ ਛੀਆਂ ਨੂੰ ਸਾਰਿਆਂ ਨੂੰ ਪਿਆਰ ਕਰਦੇ? ਅੱਛਾ, ਅਤੇ ਹੁਣ ਮਾਣ ਕਰਦੇ ਹਾਂ ਵੀ ਵੱਡੀ ਬੇਟੀ ਸਾਨੂੰ ਬੜਾ ਮਾਣ ਹੋ ਗਿਆ, ਸਾਨੂੰ ਸਾਡੇ ਬਰਾਬਰ ਕਮਾਉਣ ਲੱਗ ਗਈ। ਹੁਣ ਮੈਨੂੰ ਵੀ, ਮੈਂ ਕੰਮ ਕਰਦੀ ਸੀ ਸ਼ਹਿਰ, 5 ਸਾਲ ਲਏ ਆ। ਅੱਛਾ, ਉਸ ਤੋਂ ਬਾਅਦ ਕੰਮ ਕਰਨ ਲੱਗਣਾ, ਆਪ ਕਮਾਉਣ ਲੱਗਣਾ, ਤੁਹਾਨੂੰ ਛੱਡਾਤਾ ਕੰਮ? ਹਾਂ, ਹੁਣ ਇਹ ਕਹਿੰਦੇ ਤੁਸੀਂ ਜਾਣਾ ਕੰਮ 'ਤੇ। ਜਦੋਂ ਬੱਚੇ ਇੰਨੇ ਲੈ ਕੇ ਨਿਕਲਦੇ ਤਾਂ ਖੁਸ਼ੀ ਹੁੰਦੀ, ਤੁਹਾਨੂੰ ਖੁਸ਼ੀ ਹੁੰਦੀ? ਹਾਂਜੀ, ਹੁਣ ਸਾਨੂੰ ਐਂ ਮਹਿਸੂਸ ਹੀ ਹੁੰਦਾ ਵੀ ਸਾਡੇ ਵੀ ਪਾਲੀਆਂ ਹੋਣਗੀਆਂ। ਹਾਂ, ਤੇ ਸਾਨੂੰ ਤਾਂ ਐਂ ਵੀ ਸਾਡੇ ਬਰਾਬਰ ਤੇ। ਇਹ ਗੱਲ ਕਦੀ ਵੀ ਮਹਿਸੂਸ ਨਹੀਂ ਹੋਈ? ਜਦੋਂ ਨਹੀਂ ਵੀ ਕਰਦੇ ਸੀ ਉਦੋਂ ਵੀ ਨਹੀਂ ਮਹਿਸੂਸ ਹੋਈ? ਪਰ ਹੌਸਲਾ ਦੇ ਕੇ ਉੱਠ ਕੱਢਦੇ ਸੀ, ਕਹਿੰਦੇ ਚਲੋ ਕੋਈ ਨਾ, ਉਹਦੇ ਕਰਮ ਲਿਖਾ ਕੇ ਲੈਣਾ। ਪਰ ਇਹਨਾਂ ਦੇ ਕਰਮ ਬਹੁਤ ਸੋਹਣੇ ਲਿਖਿਆ ਪਰਮਾਤਮਾ ਨੇ। ਮੇਰੇ ਦੋਨਾਂ ਬੇਟੀਆਂ ਕੋਲ ਆਪ ਤਾਂ ਚੱਲ ਮੈਂ ਤਰਸ ਕੇ ਲਿਆ ਗਾ, ਮੇਰੇ ਦੋਨਾਂ ਬੇਟੀਆਂ ਕੋਲ ਬੇਟੇ ਹੈਗੇ। ਅੱਛਾ, ਵੀ ਦਾਦਾ ਵੀ ਦਾਦੀ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਸੀ, ਮੰਮੀ ਡੈਡੀ ਸਾਰੇ। ਉਹਨਾਂ ਨੇ ਵੀ ਨਹੀਂ ਕਦੀ, ਦਾਦਾ ਦਾਦੀ ਨੇ ਵੀ ਨਹੀਂ ਕਦੀ ਕਹਿਤੀਆਂ? ਉਹਨਾਂ ਨੇ ਵੀ ਨਹੀਂ ਕਦੇ ਵੀ ਫਰਕ ਰੱਖਿਆ ਸਾਡੇ ਨਾਲ। ਵੀ ਮਤਲਬ ਮੇਰੀ ਦਾਦੀ ਨੂੰ ਥੋੜ੍ਹਾ ਹੁੰਦਾ ਸੀ ਵੀ ਮਤਲਬ ਇੰਨੀਆਂ ਕੁੜੀਆਂ ਪੜ੍ਹਾ, ਵੀ ਤੂੰ ਔਖਾ ਹੋਏਗਾ ਵੀ ਇਹਨਾਂ ਨੂੰ ਵੀ ਵਿਆਹ ਕੇ ਤੋਰ ਦੇ ਹੈ ਨਾ। ਵੀ ਪਹਿਲਾਂ ਤਾਂ ਲੋਕ ਕਹਿੰਦੇ ਸੀ ਨਾ 12-13 ਸਾਲਾਂ ਦੀਆਂ ਨੂੰ ਤੋਰ ਕੇ ਪਰੇ ਕਰਦੇ ਸੀ, ਚੁੰਨੀ ਚੜਾਵਾ ਕਰ ਦਿੰਦੇ ਸੀ। ਅਤੇ ਮੇਰੀ ਦਾਦੀ ਮੈਨੂੰ ਕਹਿ ਦਿੰਦੇ ਸੀ ਤੂੰ ਵਿਆਹ ਕਿਉਂ ਨਹੀਂ ਕਰਾਉਂਦੀ, ਤੂੰ ਕਰਾ ਲਾ, ਜੇ ਕੋਈ ਤੈਨੂੰ ਮੁੰਡਾ ਪਸੰਦ ਆਉਣਾ ਸੀ ਉਹਦੇ ਨਾਲ ਹੀ ਕਰ ਦਾਂਗੀ, ਤੂੰ ਕਰਵਾ ਲਾ। ਪਰ ਮੈਂ ਕਹਿੰਦੇ ਸੀ ਨਹੀਂ, ਮੈਂ ਕਰਵਾਉਣਾ ਹੀ ਨਹੀਂ ਹੈਗਾ ਹਜੇ। ਅਤੇ ਫਿਰ ਦਾਦੀ ਵੀ ਮੇਰੇ ਮਤਲਬ ਐਂ ਕਰਦੀ ਕਰਦੀ ਵੀ ਮਤਲਬ ਉਹਨਾਂ ਦੀ ਡੈਥ ਹੋ ਗਈ, ਵੀ ਇਸ ਤੋਂ ਬਾਅਦ ਮੇਰੀਆਂ ਛੋਟੀਆਂ ਭੈਣਾਂ ਦੇ ਵਿਆਹ ਹੋਏ ਆ। ਉਹਨਾਂ ਨੂੰ ਵਿਆਹ ਦੀ ਫਿਕਰ ਸੀ ਤੁਹਾਡੇ? ਹਾਂਜੀ, ਕਿ ਵਿਆਹ ਦੋ ਇਹਨਾਂ ਨੂੰ? ਹਾਂਜੀ, ਵੀ ਉਹਨਾਂ ਨੂੰ ਐਂ ਸੀ ਵੀ ਮਤਲਬ ਇਕੱਲਾ ਜਾਣਾ ਗਾ, ਵੀ ਹੁਣ ਤਾਂ ਮੈਂ ਹੈਗੀ ਹਾਂ ਵੀ ਮੇਰੇ ਹੁੰਦੇ ਹੁੰਦੇ ਵਿਆਹ, ਮੇਰੇ ਹੁੰਦੇ ਹੁੰਦੇ ਵਿਆਹ ਦੇ ਵੀ, ਕਿਉਂਕਿ ਉਹਨਾਂ ਦੀ ਸੈਲਰੀ ਆਉਂਦੀ ਸੀਗੀ ਦਾਦਾ ਜੀ ਦੀ ਹੈ ਨਾ, ਤਾਂ ਕਰਕੇ ਉਹਨਾਂ ਨੂੰ ਐਂ ਸੀਗਾ ਵੀ ਚਲੋ ਵਧੀਆ ਸੌਖਾ ਹੋ ਜੂਗਾ, ਵੀ ਮੇਰਾ ਸਹਾਰਾ ਹੋ ਜੂਗਾ, ਕੁਛ ਥੋੜ੍ਹੇ ਬਹੁਤੇ ਆਪ ਕਰ ਲੂਗਾ, ਇਹਨਾਂ ਨਾਲ ਵਧੀਆ ਵਿਆਹ ਹੋ ਜੂਗਾ ਚੱਲ। ਅਤੇ ਪਰ ਉਸ ਤੋਂ ਬਾਅਦ ਵਿਆਹ ਕੀਤਾ ਮੇਰੀ ਛੋਟੀ ਭੈਣ ਦਾ। ਅੱਛਾ ਹਾਂਜੀ, ਦਾਦੀ ਤੋਂ ਬਾਅਦ? ਹਾਂਜੀ, ਮੈਨੂੰ ਐਂ ਹੁੰਦਾ ਵੀ ਚੱਲ ਮੈਂ ਜਿਵੇਂ ਵੀ ਆਉਣਾ
ਵੀ ਮਤਲਬ ਵਧੀਆ ਆਪਦੇ ਲੈਵਲ ਤੇ ਭੱਟੇ ਲੈਵਲ ਤੇ ਖੜੀ ਹੋ ਕੇ ਨਾ ਵੀ ਘਰ ਬਾਰ ਵਧੀਆ ਬਣਾ ਲਾ ਡੈਡੀ ਵਰਗਿਆਂ ਨੂੰ ਮੰਮੀ ਨੂੰ ਉਹ ਚੀਜ਼ ਲੈ ਕੇ ਦੇਵਾਂ ਜਿਹੜੀ ਕਦੇ ਮੰਮੀ ਨੂੰ ਸੋਚੀ ਵੀ ਨਾ ਹੋਵੇ ਮੰਮੀ ਮੈਨੂੰ ਕਹਿ ਦਿੰਦੇ ਪੁੱਤ ਮੈਂ ਤਾਂ ਇੱਥੋਂ ਤੱਕ ਕੰਨ ਬਣਾਉਣੇ ਆ ਤੇ ਤੂੰ ਵੀ ਮੁਰਕਿਆਂ ਬਣੀ ਆ ਮੈਂ ਕਹਿੰਦੀ ਹਾਂ ਮੰਮੀ ਕੋਈ ਨਾ ਮੰਮੀ ਦੀ ਰੀਝ ਆ ਹਾਂਜੀ ਉਹ ਮੈਂ ਪਾ ਦੇਣੀ ਆ ਥੋੜ੍ਹੇ ਕੁ ਦਿਨ ਤੱਕ ਬਸ ਥੋੜ੍ਹਾ ਘਟਾਵੀ ਬਸ ਮੁਰਕੀਆਂ ਵੀ ਪਾ ਦੇਣੀਆਂ ਜਦ ਮੈਂ ਦੇਖ ਲੈਣੀ ਸੂਟ ਮੈਂ ਕਹਿੰਦੀ ਹਾਂ ਮੰਮੀ ਵਾਸਤੇ ਆ ਵੀ ਹੋਇਆ ਸੂਟ ਲੈਣਾ ਅੱਛਾ ਹੁਣ ਮੰਮੀ ਜਿਹੜੀ ਚੀਜ਼ ਕਹਿੰਦੇ ਆ ਨਾ ਵੀ ਮੈਨੂੰ ਆ ਚਾਹੀਦੀ ਆ ਮੈਂ ਲੈਣ ਚੋਕਰੀ ਹੋ ਗਈ ਫਿਰ ਲੈ ਕੇ ਦਿੰਦੇ ਖੁਸ਼ ਹੁੰਦੇ ਫਿਰ ਪਰਮਾਤਮਾ ਮੂਹਰੇ ਹੀ ਹੱਥ ਬੰਨਦੀ ਆ ਵੀ ਮੈਨੂੰ ਸਭ ਕੁਛ ਦਈ ਕਦੇ ਹੰਕਾਰ ਨਾ ਦਈ ਮੈਨੂੰ ਇੰਨੇ ਜੋਕਰੀ ਬਣਾ ਦੇ ਮੰਮੀ ਡੈਡੀ ਸੁਪਨੇ ਪੂਰੇ ਕਰਤਾ ਆਪਣੇ ਲਈ ਕੀ ਫਿਊਚਰ ਦੇਖਦੇ ਹੋ ਮੈਨੂੰ ਆਪਦੇ ਘੱਟ ਆ ਮੈਨੂੰ ਮੰਮੀ ਡੈਡੀ ਦੀ ਜ਼ਿਆਦਾ ਟੈਨਸ਼ਨ ਹਾਂਜੀ ਕੀ ਟੈਨਸ਼ਨ ਵੀ ਬਸ ਠੀਕ ਹੋ ਜਾਣਾ ਵੀ ਬਿਮਾਰ ਰਹਿੰਦੇ ਹਨ ਅੱਛਾ ਹਾਂਜੀ ਤੁਹਾਡੇ ਬਾਂਹ ਵੀ ਟੁੱਟੀ ਕਿੱਦਾਂ ਟੁੱਟੀ ਸੀ ਫਾਦਰ ਸਾਹਿਬ ਦੀ ਉਹ ਥੋੜ੍ਹੀ ਜਿਹੀ ਲੜਾਈ ਹੋ ਕੇ ਡੈਡੀ ਤੋਂ ਡੰਡਾ ਵੱਜ ਗਿਆ ਸੀ ਉੱਥੋਂ ਅੱਛਾ ਹਾਂਜੀ ਅਤੇ ਉਹਨਾਂ ਕੋਲ ਹੁਣ ਵੀ ਉਹ ਦਿਹਾੜੀ ਲਾਉਂਦੇ ਹੈ ਨਾ ਇੱਦਾਂ ਹਾਂਜੀ ਉਹ ਦੋ ਮਹੀਨੇ ਰੈਸਟ ਕੀਤੀ ਸੀ ਤੀਜੇ ਮਹੀਨੇ ਡੈਡੀ ਕੰਮ ਕਰਨ ਲੱਗ ਗਏ ਸੀਗੇ ਉਹਨਾਂ ਨੂੰ ਪਤਾ ਸੀ ਵੀ ਖਰਚਾ ਪਾਣੀ ਕਿੱਥੋਂ ਹੋਊਗਾ ਨਾ ਕੁੜੀਆਂ ਨਿਆਣੀਆਂ ਉਦੋਂ ਅਸੀਂ ਕੰਮ ਹੀ ਨਹੀਂ ਕਰਦੇ ਸਿੱਧੀ ਸਿੱਧੀ ਮਾੜਾ ਮੋਟਾ ਕਰਦੇ ਸੀਗੇ ਕਿਤੇ ਉਹਦੇ ਨਾਲ ਗੁਜ਼ਾਰਾ ਹੋਈ ਜਾਂਦਾ ਸੀਗਾ ਦਾਦੀ ਹੈ ਕਿਸੇ ਤੋਂ ਕੀ ਫਾਦਰ ਸਾਹਿਬ ਕੀ ਕੰਮ ਕਰਦੇ ਉਹ ਤੇ ਦਿਹਾੜੀ ਕਰਦੇ ਆ ਜੋ ਪਹਿਲਾਂ 300 ਸੀ ਹੁਣ 450 ਆ ਹਾਂਜੀ ਮੈਨੂੰ ਐਂ ਹੁੰਦਾ ਵੀ ਡੈਡੀ ਜਿਹਨਾਂ ਦਾ ਕੰਮ ਲੱਗਿਆ ਉਹਨਾਂ ਨੇ ਲਾਣਾ ਦੇਣਾ ਲੈ ਕੇ ਨਾ ਫਿਰ ਡੈਡੀ ਨੂੰ ਮੈਂ ਸਬਜ਼ੀ ਦਾ ਕੰਮ ਚਲਾ ਲਓ ਸੌਖਾ ਕੰਮ ਦੁਬਾਰਾ ਕਿਉਂਕਿ ਸਪਰੇ ਦੀਆਂ ਢੋਲੀਆਂ ਬਾਲੀਆਂ ਔਖੀਆਂ ਚੱਕਣੀਆਂ ਖੁਦ ਚੱਕ ਕੇ ਦੇਖੀ ਆ ਇੱਥੇ ਛਾਲੇ ਹੋ ਜਾਂਦੇ ਮੋਟਿਆਂ ਦੇ ਉੱਤੋਂ ਟੁੱਟੀ ਬਾਹ ਨਾ ਚਲਾਉਣ ਮੈਨੂੰ ਐਂ ਹੁੰਦਾ ਵੀ ਘਰੇ ਰਹਿਣ ਮੈਂ ਹੀ ਘੁਮਾ ਕੇ ਖਵਾਵਾਂ ਕਦੇ ਕਦੇ ਰਾਤ ਨੂੰ ਪਾਣੀ ਵੀ ਲਾਉਣ ਜਾਂਦੇ ਉੱਠ ਕੇ ਮੈਨੂੰ ਆਏ ਆ ਵੀ ਮੈਂ ਉਹਨਾਂ ਨੂੰ ਉਹ ਚੀਜ਼ ਦਿਖਾਵਾਂ ਜਿਹੜੀ ਉਹਨਾਂ ਨੇ ਕਦੇ ਸੋਚੀ ਨਾ ਹੋਵੇ ਹੁਣ ਮੰਮੀ ਜਿਹੜਾ ਸੂਟ ਮੰਗਦੀ ਮੈਂ ਉਹਨਾਂ ਦੇ ਉੱਕਰੀ ਹੋ ਕੇ ਸੂਟ ਲੈ ਕੇ ਦੇ ਦਿੰਦੀ ਹਾਂ ਮੈਨੂੰ ਆਏ ਮੇਰਾ ਡੈਡੀ ਵੀ ਚੜ੍ਹਦੇ ਕੱਪੜੇ ਪਾਵੇ ਅੱਜ ਤੱਕ ਡੈਡੀ ਨੂੰ ਸਾਰੇ ਕਹਿ ਦਿੰਦੇ ਆ ਵੀ ਤੇਰੀ ਕੁੜੀ ਸਟਾਰ ਬਣ ਕੇ ਡੈਡੀ ਨੂੰ ਬਹੁਤ ਮਾਣ ਆ ਮੇਰੇ 'ਤੇ ਮੈਨੂੰ ਆਇਆ ਵੀ ਲੋਕ ਡੈਡੀ ਨੂੰ ਆ ਕੇ ਕਹਿਣ ਵੀ ਹਾਂ ਤੇਰੀ ਕੁੜੀ ਸਟਾਰ ਆ ਪਰ ਜਿੱਥੇ ਇਹਨਾਂ ਨੇ ਕੰਮ ਚੱਕਿਆ ਹੈਗਾ ਉੱਥੇ ਇਹਨੇ ਕਹਿਤਾ ਸਾਡੇ ਡੈਡੀ ਨੂੰ ਮੈਂ ਆਪਦੀਆਂ ਚਿੱਤਾਂ ਮਹਿਸੂਸ ਉਹਨੂੰ ਵੀ ਲਾਂਭਾ ਨਹੀਂ ਕਿਸੇ ਗੱਲ ਫੈਲ ਵੀ ਕਹਿੰਦੇ ਸੀ ਵੀ ਅੱਜ ਕੱਲ੍ਹ ਟਾਈਮ ਮਾੜਾ ਹੈਗਾ ਕੁੜੀਆਂ ਤੁਰੀਆਂ ਫਿਰਤੀਆਂ ਵਿਗੜ ਜੂਗੀ ਅਤੇ ਸਾਨੂੰ ਕਹਿੰਦੇ ਸੀ ਕਹਿੰਦੇ ਸਾਨੂੰ ਮਾਣ ਆ ਅਤੇ ਸਾਨੂੰ ਸੱਚ ਦੱਸ ਕੇ ਜਾਂਦਾ ਜਿੱਥੇ ਜਾਂਦਾ ਇਹਨੇ ਜਾਂਦੀ ਨੇ ਕਹਿਤਾ ਸਾਡੇ ਡੈਡੀ ਨੂੰ ਕਹਿੰਦੀ ਡੈਡੀ ਮੈਂ ਬਾਹਰ ਅੰਦਰ ਜਾਊਂਗੀ ਪਰ ਤਾਂ ਇਹਨੂੰ ਕਿਸੇ ਗੱਲ ਦਾ ਲਾਂਭਾ ਨਹੀਂ ਲੈ ਕੇ ਦਿੰਦੇ ਪਰ ਤੁਹਾਨੂੰ ਮੈਂ ਚੜ੍ਹਾਈ ਕਰੂੰਗੀ ਕੀ ਲੋਕ ਗੱਲਾਂ ਕਰਦੇ ਸੀਗੇ ਜਦੋਂ ਇਹ ਸ਼ੂਟ ਵਗੈਰਾ 'ਤੇ ਜਾਂਦੇ ਜੀ ਕਹਿ ਦਿੰਦੇ ਆ ਲੋਕ ਵੀ ਹੈ ਨਾ ਵੀ ਮਤਲਬ ਐਂ ਉਹ ਮੁੰਡੇ ਨਾਲ ਤੁਰੀ ਫਿਰਦੀ ਆ ਵੀ ਤੁਸੀਂ ਉਹਨੂੰ ਰੋਕਦੇ ਨਹੀਂ ਵੀ ਰਾਤਾਂ ਰਹਿ ਰਹਿ ਕੇ ਆਉਂਦੀ ਆ ਸ਼ੂਟ ਕਰਨ ਜਾਂਦੀ ਆ ਹੈ ਨਾ ਵੀ ਤੁਸੀਂ ਉਹਨੂੰ ਜਮ੍ਹਾਂ ਵੀ ਨਹੀਂ ਰੋਕਦੇ ਹੈਗੇ ਅਤੇ ਪਰ ਹੁਣ ਸਾਨੂੰ ਪਤਾ ਵੀ ਸਾਡੀ ਕੁੜੀ ਸਹੀ ਆ ਹੈ ਨਾ ਵੀ ਜਦੋਂ ਇਹਨਾਂ ਦਾ ਵਿਆਹ ਹੀ ਹੋਣਾ ਗਾ ਹੈ ਨਾ ਵੀ ਲੋਕਾਂ ਨੂੰ ਕੀ ਪ੍ਰੋਬਲਮ ਆ ਮੇਰੇ ਡੈਡੀ ਕਹਿ ਦਿੰਦੇ ਆ ਵੀ ਬੋਲੀ ਜਾਣ ਦੋ ਜੋ ਬੋਲਦਾ ਵੀ ਮੈਨੂੰ ਪਤਾ ਤੁਸੀਂ ਕਿਵੇਂ ਆ ਹੈ ਨਾ ਡੈਡੀ ਕੁਛ ਨਹੀਂ ਕਹਿੰਦੇ ਗੇ ਕਿਉਂਕਿ ਅਸੀਂ ਜਿੱਥੇ ਵੀ ਜਾਂਦੇ ਹਾਂ ਸੱਚ ਦੱਸ ਕੇ ਜਾਂਦੇ ਕਦੇ ਝੂਠ ਨਹੀਂ ਬੋਲਿਆ ਹਾਂਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ ਫੈਮਿਲੀ ਥੈਂਕ ਯੂ